ਪਾਵਨ ਵਰਗ ਅੰਦਰ ਜੁੜ ਬੈਠੇ ਸਤਸੰਗੀ ਜਨੋ, ਦਸ਼ਮੇਸ਼ ਪਾਤਸ਼ਾਹ ਜੀ ਦੀ ਪਾਵਨ ਅਸੀਸ ਗੁਰੂ ਫਤਿਹ ਜੀ ਦੀ ਆਪਸ ਵਿੱਚ ਸਾਂਝ ਕਰੀਏ ਜੀ। ਅਦਬ ਸਹਿਤ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਜੋ ਆਪਣੀ ਹਜ਼ੂਰੀ ਅੰਦਰ ਗੁਰੂ ਸ਼ਬਦ ਅਤੇ ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਨੇ। ਅੱਜ ਦੀ ਸਾਡੀ ਵਿਚਾਰ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦੇ ਸੰਬੰਧ 'ਚ ਰਹੇਗੀ। ਗੁਰਬਾਣੀ ਸੂਰਮਾ ਸਿਰਜਦੀ ਕਿਵੇਂ ਹੈ, ਫਿਰ ਉਹ ਕਿਵੇਂ ਜੂਝ ਕੇ ਮਰਦਾ ਹੈ। ਪ੍ਰਵਾਨਗੀ ਦੋਨੋਂ ਤਰ੍ਹਾਂ ਹੈ। ਗੁਰਮਤਿ ਦੇ ਵਿੱਚ ਜਿਹੜੀ ਸਾਡਾ ਸਿਧਾਂਤ ਹੈ ਉਹ ਸੇਂਟ ਸੋਲਜਰ ਦੀ ਫਿਲਾਸਫੀ ਹੈ, ਸੰਤ ਅਤੇ ਸਿਪਾਹੀ ਦੀ। ਜਦੋਂ ਅਸੀਂ ਇਹ ਲਫਜ਼ ਸੁਣਦੇ ਹਾਂ, ਪਹਿਲਾ ਲਫਜ਼ ਸੰਤ ਹੈ, ਦੂਸਰਾ ਸਿਪਾਹੀ ਹੈ। ਸਿਪਾਹੀ 'ਚ ਅਤੇ ਸੰਤ 'ਚ ਕੁਝ ਫਰਕ ਹੋਏਗਾ ਤਾਂ ਹੀ ਦੋ ਲਫਜ਼ ਵੱਖਰੇ ਵੱਖਰੇ ਨੇ, ਪਰ ਜਦੋਂ ਕੰਬਾਈਂਡ ਹੁੰਦੇ ਨੇ ਉਦੋਂ ਇੱਕ ਸੰਪੂਰਨ ਪਰਸਨੈਲਿਟੀ ਬਣਦੀ ਆ, ਹਸਤੀ ਬਣਦੀ ਆ, ਜਿਹਨੂੰ ਗੁਰੂ ਸਾਹਿਬ ਖਾਲਸਾ ਕਹਿੰਦੇ ਨੇ। ਇਹਦਾ ਮਤਲਬ ਜੇ ਦੋਵੇਂ ਚੀਜ਼ਾਂ ਡਿਫਰੈਂਟ ਰਹਿੰਦੀਆਂ ਨੇ ਆਪਣੇ ਆਪ ਤੋਂ, ਫਿਰ ਉਹ ਦੋ ਹਸਤੀਆਂ ਨੇ। ਜਦੋਂ ਉਹ ਮਰਜ ਹੋ ਜਾਂਦੀਆਂ ਨੇ ਇੱਕ ਦੂਜੇ ਦੇ ਵਿੱਚ, ਫਿਰ ਇੱਕ ਸੂਰਮਾ ਪੈਦਾ ਹੁੰਦਾ ਹੈ, ਫਿਰ ਇੱਕ ਵੱਡੀ ਹਸਤੀ ਜਿਹੜੀ ਹੈ ਉਹ ਸਾਹਮਣੇ ਪ੍ਰਗਟ ਹੁੰਦੀ ਹੈ। ਤੋ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜੀਵਨ ਆ ਉਹ ਗੁਰੂ ਤੋਂ ਦੀਖਿਅਤ ਹੈ। ਦੀਖਿਅਤ ਹੁੰਦਾ ਹੈ ਗੁਰੂ ਵਾਲੇ ਹੋਣਾ, ਜਿਹੜੇ ਗੁਰੂ ਨੇ ਮਰਿਆਦਾ ਦੱਸੀ ਹੈ ਉਹਦੇ ਅਕੋਰਡਿੰਗ ਉਹਦੇ ਸਕੂਲ 'ਚ ਦਾਖਲ ਹੋਣਾ। ਜੇ ਅਸੀਂ ਹੋਰ ਥੋੜ੍ਹਾ ਜਿਹਾ ਉਹਨੂੰ ਸਥੂਲ ਰੂਪ 'ਚ ਸਮਝਣਾ ਚਾਹੀਏ, ਔਰ ਉਸ ਤੋਂ ਬਾਅਦ ਫਿਰ ਉਸ ਰਾਹ ਦੇ ਉੱਤੇ ਤੁਰਨਾ, ਉਹਨੂੰ ਕਮਾਉਣਾ, ਉਸ ਚੀਜ਼ ਨੂੰ ਆਪਣੇ ਅੰਦਰ ਉਸ ਦੀਖਿਆ ਨੂੰ ਦ੍ਰਿੜ ਕਰਨਾ। ਔਰ ਦ੍ਰਿੜਤਾ ਜਿਹੜੀ ਹੈ ਉਹ ਸ਼ਬਦ ਤੋਂ ਹੈ। ਮਹਾਰਾਜ ਜੀ ਦੇ ਬੜੇ ਕਮਾਲ ਦੇ ਬੋਲ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਜਦੋਂ ਵੀ ਸਿੱਖ ਹਿਸਟਰੀ ਦੇ ਵਿੱਚੋਂ ਕਿਸੇ ਯੋਧੇ ਦਾ ਜੀਵਨ ਪੜ੍ਹਨਾ ਹੈ, ਉਹਦੇ 'ਚ ਪਹਿਲੀ ਗੱਲ ਵੇਖਣ ਨੂੰ ਇਹ ਮਿਲੂਗੀ, ਅੱਜ ਤੱਕ ਇੱਕ ਯੋਧਾ ਸਿੱਖੀਜ਼ਮ 'ਚ ਪੈਦਾ ਨਹੀਂ ਹੋਇਆ ਜਿਹੜਾ ਗੁਰਬਾਣੀ ਤੋਂ ਸੱਖਣਾ ਹੋਏ ਜਾਂ ਗੁਰੂ ਦੀ ਦੀਖਿਆ ਤੋਂ ਸੱਖਣਾ ਹੋਏ ਔਰ ਉਹਨੂੰ ਸ਼ਹੀਦ ਮੰਨ ਲਿਆ ਗਿਆ ਹੋਵੇ ਜਾਂ ਉਹਨੂੰ ਸ਼ਹਾਦਤ ਦਾ ਰੁਤਬਾ ਦੇ ਦਿੱਤਾ ਗਿਆ ਹੋਵੇ। ਕਿਉਂਕਿ ਸ਼ਹਾਦਤ ਜਿਹੜੀ ਆ ਉਹ ਪਹਿਲਾਂ ਆਪਣੇ ਆਪ ਦੇ ਵਿੱਚ ਮਰਨਾ ਹੈ, ਜਿਵੇਂ ਮਹਾਰਾਜ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਕੰਡੀਸ਼ਨ ਪਹਿਲੀ ਪਰਮੇਸ਼ਵਰੀ ਆ। ਸੋ ਕਹੀਅਤ ਹੈ ਸੂਰਾ, ਮਰਨਾ ਦੋ ਤਰ੍ਹਾਂ ਦਾ ਹੈ ਗੁਰਬਾਣੀ ਅਕੋਰਡਿੰਗ। ਇੱਕ ਫਿਜ਼ੀਕਲੀ ਅਸੀਂ ਮਰਦੇ ਹਾਂ, ਉਹ ਸਾਰਿਆਂ ਵਾਸਤੇ ਇੱਕੋ ਹੀ ਰੂਲ ਆ। ਦੂਸਰਾ ਸ਼ਬਦ 'ਚ ਮਰਨਾ ਹੈ। ਔਰ ਜਦੋਂ ਮਹਾਰਾਜ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਕਹਿੰਦੇ ਨੇ, ਉਹ ਸ਼ਬਦ 'ਚ ਮਰਨਾ ਹੈ। ਸ਼ਬਦ ਮਰੋ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਬਾਬਾ ਕਬੀਰ ਜੀ ਨੇ ਦੋਨਾਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਕੀਤਾ ਵੀ ਸ਼ਬਦ 'ਚ ਮਰਨ ਵਾਲਾ ਸੂਰਮਾ ਕਿਵੇਂ ਹੈ ਔਰ ਮੈਦਾਨੇ ਜੰਗ 'ਚ ਮਰਨ ਵਾਲਾ ਸੂਰਮਾ ਕਿਵੇਂ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਉਹ ਗਗਨ ਦਮਾਮਾ ਮਨੁੱਖ ਦੀ ਪਹੁੰਚ ਦਸਮ ਦੁਆਰ ਤੱਕ ਹੋ ਜਾਣੀ, ਪਰਮੇਸ਼ਵਰ ਤੱਕ ਹੋ ਜਾਣੀ, ਨਿਰੰਤਰ ਉਹਦੇ ਵਿੱਚ ਜੁੜ ਜਾਣਾ। ਪਰਿਓ ਨਿਸ਼ਾਨੇ ਕਾਓ, ਜਦੋਂ ਮਨੁੱਖ ਆਪਣੀ ਸੁਰਤ ਰਾਹੀਂ ਸੁਰਤ ਦੇ ਨਾਲ
ਸ਼ਬਦ ਦੇ ਵਿੱਚ ਅਭੇਦ ਹੁੰਦਾ ਹੈ ਉਹ ਹੈ ਘਾਵ ਕਰਨਾ, ਯਾਨੀ ਨਿਸ਼ਾਨਾ ਬਿਲਕੁਲ ਟਿਕਾਣੇ 'ਤੇ, ਜਿਹਨੂੰ ਅਸੀਂ ਮੈਡੀਟੇਸ਼ਨ ਕਹਿੰਦੇ, ਇੱਧਰ ਦਾ ਲਫ਼ਜ਼ ਇੱਕੋ ਹੀ ਆ ਮੈਡੀਟੇਸ਼ਨ। ਜਦੋਂ ਮਹਾਰਾਜ ਭਗਤੀ ਦੀ ਗੱਲ ਕਰਦੇ ਨੇ, ਭਗਤੀ ਦੇ ਵਿੱਚ ਸੁਰਤ ਸ਼ਬਦ ਦੇ ਵਿੱਚ ਅਭੇਦ ਹੁੰਦੀ ਆ, ਤੋ ਸ਼ਬਦ ਬ੍ਰਹਮਾ ਵਾਹੁ ਵਾਹੁ ਬਾਣੀ ਨਿਰੰਕਾਰ, ਯਾਨੀ ਉਹਦੇ ਵਿੱਚ ਅਭੇਦ ਹੁੰਦੀ ਹੈ। ਤੋ ਜਦੋਂ ਉਹਦੇ ਵਿੱਚ ਅਭੇਦ ਹੋਏ ਫਿਰ ਨਿਰੋਲ ਹੁੰਦੀ ਹੈ, ਨਿਰਮਲ ਹੁੰਦੀ ਹੈ ਉਹ ਰੂਹ ਉਹ ਆਤਮਾ। ਔਰ ਮਹਾਰਾਜ ਉਸ ਉੱਥੇ ਡਿਫਾਈਨ ਕਰਦੇ ਨੇ ਵੀ ਸੂਰਮਾ ਆਏ ਗਗਨ ਦਮਾਮਾ ਬਾਜਿਓ ਪਰਿਓ ਨਿਸਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਉੱਥੇ ਪਹਿਲਾਂ ਜੂਝਣਾ ਆਪਣੇ ਆਪ ਦੇ ਨਾਲ ਆ। ਜਦੋਂ ਬੰਦਾ ਆਪਣੇ ਆਪ ਨੂੰ ਵਿਨ ਕਰਦਾ ਹੈ ਫਿਰ ਉਹਦੇ ਨਿਰਣੇ ਸਹੀ ਹੋ ਸਕਦੇ ਨੇ, ਜੇ ਉਹ ਆਪਣੇ ਆਪ ਨੂੰ ਵਿਨ ਨਹੀਂ ਕਰਦਾ ਪਹਿਲਾਂ ਫਿਰ ਨਹੀਂ। ਮਨ ਜਿੱਤੈ ਜਗ ਜੀਤ, ਉਹ ਪਹਿਲਾਂ ਆਪਣੇ ਆਪ ਨੂੰ ਵਿਨ ਕਰਨ ਦੀ ਜਿਹੜੀ ਥਿਊਰੀ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤੀ ਆ। ਆਤਮ ਜਿਣੈ, ਹੁਣ ਆ ਆਤਮ ਜਿਣਨਾ ਆਪਣੇ ਆਪ ਨੂੰ ਜਿੱਤਣਾ ਹੀ ਹੈ, ਸਗਲ ਵਸ ਤੱਕ ਹੈ, ਫਿਰ ਸਾਰੀ ਉਹਦੇ ਕੰਟਰੋਲ 'ਚ ਹੋ ਗਈ ਹਰ ਚੀਜ਼। ਇਹਦਾ ਮਤਲਬ ਜਿੰਦਾ ਆਪਣਾ ਆਪਾ ਆਪਣੇ ਕੰਟਰੋਲ 'ਚ ਆ, ਸਾਰੀ ਖਲਕਤ ਫਿਰ ਉਹਦੇ ਕੰਟਰੋਲ 'ਚ ਆ। ਐਵੇਂ ਕਹਿ ਲਈਏ ਵੀ ਉਹ ਸਾਰੀ ਖਲਕਤ ਦੇ ਅਦਬ ਨੂੰ ਰੀਅਲਾਈਜ਼ ਕਰਦਾ ਹੈ, ਐਕਸਪੀਰੀਅੰਸ ਕਰਦਾ। ਜਾ ਕਾ ਸਤਿਗੁਰ ਪੂਰਾ, ਐਵੇਂ ਸੰਭਵ ਆ ਕਿਤੇ, ਐਵੇਂ ਹੋ ਸਕਦਾ? ਤਾਂ ਸਾਹਿਬ ਕਹਿੰਦੇ ਨੇ ਹੁੰਦਾ ਜਦੋਂ ਸਤਿਗੁਰੂ ਪੂਰਾ ਹੋਵੇ, ਜਿਹਦੇ ਅਸੀਂ ਲੜ ਲੱਗੇ ਹਾਂ ਜਦੋਂ ਉਹ ਪੂਰਾ ਹੋਵੇ ਫਿਰ ਐਵੇਂ ਹੋ ਸਕਦਾ। ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸ਼ੁਰੂਆਤੀ ਲਾਈਫ ਆ, ਸਧਾਰਨ ਹੈ, ਸਧਾਰਨ ਪਰਿਵਾਰ ਦੇ ਵਿੱਚ, ਇੱਕ ਆਮ ਇਨਸਾਨ ਵਾਲੀ ਜਵਾਨੀ ਦੀ, ਚੜ੍ਹਦੀ ਜਵਾਨੀ ਦਾ ਜਿਹੜਾ ਸਮਾਂ, ਉਹ ਫਿਰ ਗੁਰੂ ਦੇ ਦੀਖਿਆ ਤੋਂ ਬਾਅਦ ਦੀ ਅਗਲੀ ਪ੍ਰੋਸੈਸਿੰਗ ਆ ਲਾਈਫ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤ ਛਕਿਆ, ਭਾਈ ਮਨੀ ਸਿੰਘ ਜੀ ਦੀ ਸੰਗਤ ਦੇ ਵਿੱਚ ਗੁਰਮੁਖੀ ਦਾ ਗਿਆਨ ਹਾਸਲ ਕੀਤਾ, ਗੁਰੂ ਸਾਹਿਬ ਦੇ ਹੱਥੋਂ ਦੀਖਿਅਤ ਹੋਣਾ, ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਉਸ ਸਮੇਂ ਦੇ ਅਕੋਰਡਿੰਗ। ਔਰ ਭਾਈ ਮਨੀ ਸਿੰਘ ਜੀ ਦੀ ਸੰਗਤ ਦੇ ਵਿੱਚ ਸ਼ਬਦ ਦਾ ਬੋਧ ਪ੍ਰਾਪਤ ਕਰਨਾ, ਇਹ ਵੀ ਬਹੁਤ ਵੱਡੀ ਆ, ਕਿਉਂਕਿ ਦੋਵੇਂ ਕਾਮਲ ਹਸਤੀਆਂ ਨੇ, ਗੁਰੂ ਵੀ ਕਾਮਲ ਆ, ਸਿੱਖ ਵੀ ਕਾਮਲ ਆ। ਔਰ ਮਹਾਰਾਜ ਜੀ ਦੇ ਅਦਬ ਨੂੰ ਕਮਾਉਣ ਵਾਸਤੇ, ਯਕੀਨਨ ਉਹਦੀ ਕਮਾਈ ਵਾਲੇ ਜੀਆਂ ਦੀ ਸੰਗਤ ਲਾਜ਼ਮ ਹੋ ਜਾਂਦੀ ਹੁੰਦੀ ਹੈ, ਕਿਉਂਕਿ ਮਨੁੱਖ ਉੱਥੇ ਉਹਦੀ ਪ੍ਰੈਕਟਿਸ ਨੂੰ ਦੇਖਦਾ। ਬਾਬਾ ਦੀਪ ਸਿੰਘ ਜੀ ਇੱਕ ਹੀ ਸਮੇਂ ਸੰਤ ਵੀ ਨੇ, ਸੋਲਜਰ ਵੀ ਨੇ, ਸਕਾਲਰ ਵੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਦੇ ਚਾਰ ਉਤਾਰੇ ਕੀਤੇ ਉਹਨਾਂ ਆਪਣੇ ਹੱਥਾਂ ਦੇ ਨਾਲ ਦਮਦਮਾ ਸਾਹਿਬ ਵਿਖੇ, ਚਾਰੇ ਬੀੜਾਂ ਚਾਰੇ ਤਖਤਾਂ ਦੇ ਉੱਤੇ ਸ਼ੁਭਾਇਮਾਨ ਨੇ ਹੁਣ ਵੀ। ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਹਰਿਮੰਦਰ ਪਟਨਾ ਸਾਹਿਬ ਬਿਹਾਰ, ਆਨੰਦਪੁਰ ਸਾਹਿਬ ਵਿਖੇ, ਕੇਸਗੜ੍ਹ ਸਾਹਿਬ ਔਰ ਹਜ਼ੂਰ ਸਾਹਿਬ ਜੀ ਵਿਖੇ। ਅਸੀਂ ਸਾਰੇ, ਕਿਉਂਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸਿਸਟਮ 'ਚ ਜੁੜੇ ਹਾਂ, ਗੁਰਬਾਣੀ ਜਾਂ ਅਸੀਂ ਕਦੀ ਲਿਖਦੇ ਹਾਂ, ਕਦੀ ਪੜ੍ਹਦੇ ਹਾਂ, ਕਦੀ ਵਿਚਾਰਦੇ ਹਾਂ, ਜਾਂ ਵਿਚਾਰਨ ਵਾਲਿਆਂ ਦੀ ਸੰਗਤ 'ਚ ਜਾਂਦੇ ਹਾਂ, ਇਹ ਹਕੀਕਤ ਆ। ਜਦੋਂ ਕਿਸੇ ਕਾਮਲ ਪੁਰਖ ਦੀ ਸੰਗਤ 'ਚ ਜਾਈਏ, ਮਨੁੱਖ 'ਤੇ ਉਹਦਾ ਪ੍ਰਭਾਵ ਹੋਣਾ ਸਹਿਜ ਹੁੰਦਾ, ਸੁਭਾਵਿਕ ਹੁੰਦਾ। ਜੇ ਕਾਮਲ ਗੁਰੂ ਦੀ ਸੰਗਤ 'ਚ ਜਾਏਗਾ ਮਨੁੱਖ ਵਾਕਿਆ ਕੁਝ ਲੈਣ ਵਾਸਤੇ, ਉਹਦੇ 'ਤੇ ਉਹਦਾ ਪ੍ਰਭਾਵ ਪਏਗਾ ਹੀ ਪਏਗਾ। ਜੇ ਉਹ ਕਾਮਲ ਸਿੱਖ ਦੀ ਸੰਗਤ 'ਚ ਜਾਂਦਾ, ਉਹਦਾ ਵੀ ਪ੍ਰਭਾਵ ਪਏਗਾ ਪਏਗਾ। ਗੱਲ ਨਿਰਭਰ ਇਸ 'ਤੇ ਕਰਦੀ ਹੈ ਵੀ ਸਾਡਾ ਧਿਆਨ ਕਿੱਥੇ, ਵੀ ਅਸੀਂ ਕਰਨਾ ਕੀ ਚਾਹੁੰਦੇ। ਜੇ ਕਰਨ ਦੇ ਵਿੱਚ ਦ੍ਰਿੜਤਾ ਹੈ ਤਾਂ ਮਨੁੱਖ ਨੂੰ ਪ੍ਰਾਪਤੀ ਹੈ, ਜੇ ਕਰਨ ਦੇ ਵਿੱਚ ਦ੍ਰਿੜਤਾ ਨਹੀਂ ਫਿਰ ਪ੍ਰਾਪਤੀ ਵੀ ਨਹੀਂ, ਫਿਰ ਉਹ ਫਾਰਮੁਲ ਹੋ ਜਾਂਦੀ ਗੱਲ। ਅਸੀਂ ਜਦੋਂ ਬਾਬਾ ਜੀ ਦਾ ਜੀਵਨ ਵਿਚਾਰਦੇ ਹਾਂ, ਉਹਦੇ ਵਿੱਚ ਇੱਕ ਗੱਲ ਸਹਿਜ ਆ, ਪਹਿਲੀ ਉਹਨਾਂ ਦੀ ਦੀਖਿਆ ਗੁਰੂ ਦੀ ਬਖਸ਼ਿਸ਼ ਰੂਪ ਦੇ ਵਿੱਚ ਖੰਡੇ ਦੀ ਪੌਲ ਆ, ਫਿਰ ਖੰਡੇ ਦੀ ਪੌਲ ਨੂੰ ਸਾਂਭਣਾ ਕਿਵੇਂ ਆ,
ਸਤਸੰਗ ਜੀ ਆ ਗੱਲ ਥੋੜ੍ਹੀ ਜਿਹੀ ਧਿਆਨ 'ਚ ਰੱਖ ਲੈਣੀ, ਖੰਡੇ ਦੀ ਪੌਲ ਦਾ ਮਿਲ ਜਾਣਾ, ਉਹਨੂੰ ਕਮਾਉਣਾ, ਉਹਨੂੰ ਸਾਂਭਣਾ, ਉਹਨੂੰ ਆਪਣੇ ਅੰਦਰ ਜਜ਼ਬ ਕਰਨਾ, ਉਸ ਸੈਕੰਡਰੀ ਉਹ ਸਾਡੀ ਰਿਸਪੋਂਸੀਬਿਲਿਟੀ ਆ। ਜਿਵੇਂ ਕਿਸੇ ਵੀ ਦੁਨੀਆ ਦੇ ਸਭ ਤੋਂ ਚੋਟੀ ਦੇ ਸਕੂਲ ਦੇ ਵਿੱਚ ਬੱਚੇ ਨੂੰ ਦਾਖਲ ਕਰਾਉਣ ਦੇ ਨਾਲ ਉਸ ਸਕੋਲਰ ਨਹੀਂ ਬਣਦਾ ਹੁੰਦਾ, ਫਿਰ ਉਹਦੀ ਜਿਹੜੀ ਪ੍ਰੈਕਟਿਸ ਆ, ਜਦੋਂ ਉਹਦੇ ਵਿੱਚ ਉਹ ਇਨਵੋਲਵ ਹੁੰਦਾ ਬੱਚਾ ਔਰ ਪੂਰੀ ਡੈਡੀਕੇਸ਼ਨ ਨਾਲ ਹੁੰਦਾ, ਦੈਨ ਉਹ ਕਿਤੇ ਉਸ ਲੈਵਲ 'ਤੇ ਪਹੁੰਚਦਾ। ਤੋ ਇਸ ਕਰਕੇ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਸੰਬੰਧ 'ਚ ਵੀ ਕੋਈ ਗੱਲ ਸੁਣਦੇ ਵੇਖਦੇ ਹਾਂ, ਸੂਰਮਿਆਂ ਦੀਆਂ ਜਦੋਂ ਅਸੀਂ ਗਾਥਾਵਾਂ ਦੇਖਦੇ ਹਾਂ ਸੁਣਦੇ ਹਾਂ, ਅਸੀਂ ਐਵੇਂ ਵੇਖਦੇ ਹੁੰਦੇ ਹਾਂ ਵੀ ਜਿਵੇਂ ਕੋਈ ਪਿਕਚਰ ਸਾਹਮਣੇ ਚੱਲਦੀ ਆ, ਇੱਕ ਹੀਰੋ ਆ ਔਰ ਇੱਕ ਮਿਸ਼ਨ ਲੈਂਦਾ, ਉਹਦੇ 'ਤੇ ਉਹ ਜੂਝ ਮਰਦਾ ਜਾਂ ਫਤਿਹ ਪ੍ਰਾਪਤ ਕਰਦਾ। ਲੀਬੀਆ ਦਾ ਇੱਕ ਉੱਥੋਂ ਦਾ ਸੂਰਮਾ ਹੋਇਆ, ਉਹਦਾ ਨਾਂ ਉਮਰ ਮੁਖਤਾਰ ਸੀ, ਉਹ ਵੀ ਬੁਢੇਪੇ 'ਚ ਸੀ ਉਸ ਸਮੇਂ, ਬੜੀ ਲੰਮੇ ਸਮੇਂ ਤੱਕ ਉਹਨਾਂ ਜਰਮਨਸ ਦੇ ਨਾਲ ਲੜਾਈ ਲੜੀ ਲੀਬੀਆ ਨੂੰ ਆਜ਼ਾਦ ਕਰਾਉਣ ਵਾਸਤੇ। ਉਹ ਬੰਦਾ ਵੀ ਬਿਰਧ ਸੀ ਉਦੋਂ, 70-80 ਸਾਲ ਦੀ ਏਜ ਦਾ ਰਿਹਾ, ਅੱਜ ਵੀ ਉਹ ਪੂਜਿਆ ਜਾਂਦਾ ਉੱਥੇ। ਉਸ ਬੰਦੇ ਦਾ ਅਸੂਲ ਸਿਰਫ ਇੰਨਾ ਸੀ ਵੀ ਉਹ ਸੱਚ ਵਾਸਤੇ ਜੂਝਿਆ, ਆਪਣੀ ਕੌਮ ਵਾਸਤੇ ਜੂਝਿਆ, ਉਹ ਆਪਣੇ ਨਬੀ ਵਾਸਤੇ ਜੂਝਿਆ, ਉਹਦੇ ਹੱਕ ਵਾਸਤੇ ਜੂਝਿਆ, ਔਰ ਅੰਤ ਤੱਕ ਉਹਨੇ ਸਰੈਂਡਰ ਨਹੀਂ ਕੀਤਾ, ਲੜਾਈ 'ਚ ਸਾਹਮਣੇ ਰਿਹਾ। ਜਰਮਨਸ ਨੇ ਉਹਨੂੰ ਘੇਰ ਕੇ ਬਾਅਦ 'ਚ ਫੜਿਆ, ਫਿਰ ਉਹਨੂੰ ਸਜ਼ਾ ਵੀ ਹੋਈ ਔਰ ਉਹਨੂੰ ਸਾਰਿਆਂ ਦੇ ਸਾਹਮਣੇ ਸ਼ਰੇਆਮ ਲਟਕਾਇਆ। ਉਹਨਾਂ ਉਹਨੂੰ ਪੁੱਛਦੇ ਨੇ ਤੈਨੂੰ ਕੀ ਲੱਭਿਆ, ਐਵੇਂ ਕਰਕੇ ਕੁਝ ਮਿਲਿਆ, ਕਹਿੰਦਾ ਉਹ ਕਹਿੰਦਾ ਇਹ ਤੁਹਾਨੂੰ ਨਹੀਂ ਪਤਾ, ਜਰਮਨਸ ਨੂੰ ਕਹਿੰਦਾ, ਉਹ ਆਉਣ ਵਾਲੀਆਂ ਮੇਰੀਆਂ ਨਸਲਾਂ ਯਾਦ ਰੱਖਣਗੀਆਂ ਵੀ ਉਹਨਾਂ ਨੂੰ ਕੀ ਮਿਲਿਆ। ਈਸਾਈਅਤ ਦੇ ਵਿੱਚ ਵੀ ਇੱਕ ਉਦਾਹਰਣ ਆ, ਕ੍ਰਿਸਚੈਨਿਟੀ ਦੇ ਵਿੱਚ ਸੰਤ ਡੈਨਿਸ ਹੋਇਆ, ਇੱਕ ਸੇਂਟ ਡੈਨਿਸ ਪ੍ਰਚਾਰਕ ਸੀ, ਬੜੀ ਜਾਗੀ ਹੋਈ ਰੂਹ ਈਸਾਈਆਂ ਦੀ, ਉਹਨੂੰ ਪ੍ਰਚਾਰਕ ਬਣਾ ਕੇ ਪੈਰਿਸ ਭੇਜਿਆ ਫਰਾਂਸ ਦੇ ਵਿੱਚ ਵੀ ਉੱਥੇ ਜਾ ਕੇ ਉਹ ਈਸਾਈਅਤ ਦਾ ਪ੍ਰਚਾਰ ਕਰੇ। ਉੱਥੇ ਰੋਮਨਾਂ ਦਾ ਰਾਜ ਆ ਉਦੋਂ, ਔਰ ਉਹਦੇ ਪ੍ਰਚਾਰ ਤੋਂ ਸਿਸਟਮ ਥਰਾ ਗਿਆ, ਕੰਬ ਗਿਆ, ਡਰ ਗਿਆ। ਕਾਮਲ ਬੰਦੇ ਪਹਿਲਾਂ ਕਮਾਈ ਕਰਦੇ ਨੇ ਫਿਰ ਮਿਸ਼ਨ ਲੈ ਕੇ ਤੁਰਦੇ ਨੇ, ਦੁਨੀਆਦਾਰ ਬੰਦੇ ਪਹਿਲਾਂ ਮਿਸ਼ਨ ਨੂੰ ਲੈ ਕੇ ਤੁਰਦੇ ਨੇ, ਕਮਾਈ ਸੋਚਦੇ ਨੇ ਵੀ ਬਾਅਦ 'ਚ ਦੇਖਾਂਗੇ। ਸਾਡੀ ਇੱਥੇ ਫਰਕ ਆ, ਇਸ ਕਰਕੇ ਅਸੀਂ ਕਦੀ ਵੀ ਕਿਤੇ ਜ਼ਿੰਦਗੀ ਦੇ ਵਿੱਚ ਹਰ ਲੈਵਲ 'ਤੇ ਨਹੀਂ ਜਾਂਦੇ ਹੁੰਦੇ, ਉਹਨੇ ਕੁ ਥਾਂ 'ਚ ਚੱਕਰੀਆਂ ਕੱਢੀ ਜਾਂਦੇ ਹਾਂ, ਸੂਰਤ ਦੇ ਪੱਧਰ 'ਤੇ ਵੀ, ਸੀਰਤ ਦੇ ਪੱਧਰ 'ਤੇ ਵੀ, ਔਰ ਸਾਡੀ ਜਿਹੜੀ ਸੋਸ਼ਲ ਲਾਈਫ ਆ ਉਹਦੇ ਵੀ ਪੁਆਇੰਟ ਆਫ ਵਿਊ ਤੋਂ। ਮਨੁੱਖ ਦੇ ਅੰਦਰ ਚੇਂਜ ਇਸ ਗੱਲ ਦਾ ਗਵਾਹ ਹੁੰਦਾ ਵੀ ਉਹ ਕਿਸੇ ਰਾਹ 'ਤੇ ਪ੍ਰੋਗਰੈਸਿਵ ਵੇ ਦੇ ਉੱਤੇ ਕਿਤੇ ਨਾ ਕਿਤੇ ਤੁਰਦਾ ਪਿਆ। ਸਾਡਾ ਸਰੀਰ ਹੈ ਨਾ, ਪ੍ਰੋਗਰੈਸ ਕਰਦਾ ਹੈ, ਬਚਪਨ ਤੋਂ ਲੈ ਕੇ ਹੁਣ ਤੱਕ ਕਰਨ ਦਿਆ ਔਰ ਅਗਾਂ ਵੀ ਕਰਦਾ ਰਹੇਗਾ। ਇਹਦੇ ਵਾਸਤੇ ਸਾਨੂੰ ਬਹੁਤ ਕੁਝ ਸਮਝਣ ਸੋਚਣ ਦੀ ਲੋੜ ਨਹੀਂ, ਕੁਦਰਤ ਇਹਨੂੰ ਆਪਣੇ ਆਪ ਇਹਦੇ ਵਿੱਚ ਚੇਂਜ ਲਿਆਉਂਦੀ ਜਾਏਗੀ, ਸ਼ੀਸ਼ਾ ਸਾਨੂੰ ਦੱਸਦਾ ਜਾਏਗਾ ਵੀ ਇਹਦੇ ਵਿੱਚ ਕੁਝ ਫਰਕ ਆ ਰਿਹਾ। ਸੀਰਤ ਜਾਂ ਸਾਡੇ ਚਿੰਤਨ ਦੇ ਵਿੱਚ ਜਦੋਂ ਫਰਕ ਆਉਂਦਾ ਉਹਨੂੰ ਸ਼ੀਸ਼ਾ ਨਹੀਂ ਦੱਸਦਾ ਹੁੰਦਾ, ਉਹਨੂੰ ਸਿਸਟਮ ਦੱਸਦਾ ਹੁੰਦਾ, ਉਹਨੂੰ ਚੌਗਿਰਦਾ ਦੱਸਦਾ ਜਿਨ੍ਹਾਂ ਦੇ ਵਿੱਚ ਅਸੀਂ ਰਹਿੰਦੇ ਹਾਂ, ਔਰ ਉਹਨੂੰ ਦੱਸਦੀ ਹੈ ਸਾਡੀ ਆਤਮਾ ਸਾਡੇ ਆਪਣੇ ਆਪ ਨੂੰ। ਫਿਰ ਉਹਨੂੰ ਪਤਾ ਲੱਗਦਾ ਵੀ ਮਨੁੱਖ ਫਿਰ ਕਿਤੇ ਇੱਥੇ ਪਹੁੰਚਦਾ, ਬੋਲ ਉਹ ਹੀ ਰਹਿੰਦੇ ਨੇ ਸਤਸੰਗ ਜੀ। ਆਹ ਬੜੀ ਕਮਾਲ ਆ, ਆਹ ਬੋਲ ਅਸੀਂ ਵੀ ਬੋਲ ਸਕਦੇ ਹਾਂ ਵੀ ਸੂਰਮਾ ਜਾਂ ਜੂਝ ਕੇ ਮਰਦਾ ਜਾਂ ਉਹ ਜਿੱਤਦਾ, ਪਰ ਇਹ ਬੋਲ ਸਾਡੀ ਰੂਹ ਦਾ ਐਕਸਪੀਰੀਅੰਸ ਨਹੀਂ ਹੈਗੇ, ਇਹ ਸਿਰਫ ਸਾਡੀ ਅਕਲ ਦਾ ਐਕਸਪੀਰੀਅੰਸ ਨੇ, ਜਾਂ ਐਵੇਂ ਕਹੀਏ ਵੀ ਸਾਡੀ ਅਕਲ ਦੇ ਦਾਇਰੇ 'ਚ ਨੇ। ਜਦੋਂ ਅਕਲ ਦੇ ਦਾਇਰੇ 'ਚੋਂ ਚੀਜ਼ ਸਾਡੀ ਰੂਹ 'ਚ ਉਤਰਦੀ ਹੈ ਫਿਰ ਉਹ ਬੰਦਾ ਵੱਡਾ ਹੁੰਦਾ। ਬਾਬਾ ਦੀਪ ਸਿੰਘ ਜੀ ਐਸੀ ਸ਼ਖਸੀਅਤ ਨੇ, ਔਰ ਸੈਂਟ ਡੈਨਿਸ ਉਹਨਾਂ ਦਾ ਬੰਦਾ ਪ੍ਰਚਾਰਕ ਆ ਜਿਹੜਾ ਪੈਰਿਸ 'ਚ ਗਿਆ, ਉਦੋਂ ਰੋਮਨਾਂ ਨੇ ਫੜਿਆ, ਉਹਦਾ ਸਰ ਕਲਮ ਕਰ ਦਿੱਤਾ, ਕਤਲ ਕੀਤਾ ਉਹਨੂੰ, ਉਹਦੀ ਧੌਣ ਲਾ ਦਿੱਤੀ। ਜਿਹੜੀ ਜਗ੍ਹਾ 'ਤੇ ਉਹਦੀ ਧੌਣ ਲਾਈ ਗਈ ਸੀ, ਪੈਰਿਸ ਦੇ ਕੋਲ ਇੱਕ ਪਿੰਡ ਆ, ਉੱਥੋਂ ਡੈਨਿਸ ਨੇ ਆਪਣਾ ਸਿਰ ਚੁੱਕਿਆ ਆਪਣੇ ਹੱਥਾਂ 'ਚ, ਵੱਡਿਆ ਸਿਰ,
ਢਾਈ ਮੀਲ ਤੱਕ ਤੁਰਦਾ ਗਿਆ ਉਹ ਆਪਣਾ ਸਿਰ ਆਪਣੇ ਹੱਥਾਂ 'ਚ ਫੜ ਕੇ। ਉਹ 250 AD ਦੀ ਗੱਲ ਆ, ਯਾਨੀ ਅੱਜ ਤੋਂ 1700 ਸਾਲ ਪਹਿਲਾਂ ਦੀ ਗੱਲ ਆ, ਉਹ 1700 ਤੋਂ ਵੀ ਜ਼ਿਆਦਾ ਸਾਲ ਪਹਿਲਾਂ ਦੀ ਗੱਲ ਉਹਨਾਂ ਦੀ ਹਿਸਟਰੀ 'ਚ ਆ। ਉੱਥੇ ਜਾ ਕੇ ਉਹਨੇ ਯਾਨੀ ਤਕਰੀਬਨ 5 ਕਿਲੋਮੀਟਰ ਦੇ ਕਰੀਬ, 5.25 ਕਿਲੋਮੀਟਰ ਉਹ ਆਪਣਾ ਸਿਰ ਆਪਣੇ ਹੱਥਾਂ 'ਤੇ ਚੁੱਕ ਕੇ ਉੱਥੋਂ ਤੱਕ ਗਿਆ। ਉੱਥੇ ਜਾ ਕੇ ਉਹਨੇ ਆਪਣਾ ਸੀਸ ਰੱਖ ਦਿੱਤਾ, ਆਪ ਉੱਥੇ ਲੇਟ ਗਿਆ। ਅੱਜ ਉੱਥੇ ਸੈਂਟ ਡੈਨਿਸ ਚਰਚ ਆ, ਰੋਮ ਦੇ ਵਿੱਚ ਉਹਦਾ ਬੁੱਤ ਲੱਗਾ ਜਿਹਦੇ ਵਿੱਚ ਉਹਦਾ ਸਿਰ ਉਹਦੇ ਹੱਥਾਂ 'ਚ ਹੈ ਔਰ ਦੁਨੀਆ ਉਹਨੂੰ ਸਲਿਊਟ ਕਰਦੀ ਹੈ। ਕ੍ਰਿਸਚੈਨਿਟੀ ਦੇ ਵਿੱਚ ਹੁਣ ਤੱਕ ਬਹੁਤ ਟੌਪ ਦੇ ਸਕੋਲਰ ਹੋ ਚੁੱਕੇ ਨੇ, ਇੱਕ ਨੇ ਅੱਜ ਤੱਕ ਇਹ ਕੁਐਸਚਨ ਨਹੀਂ ਕੀਤਾ ਵੀ ਡੈਨਿਸ ਆਪਣੇ ਵੱਡੇ ਹੋਏ ਸਿਰ ਨੂੰ ਆਪਣੇ ਹੱਥਾਂ 'ਤੇ ਚੁੱਕ ਕੇ ਉੱਥੋਂ ਤੱਕ ਕਿਵੇਂ ਚੱਲ ਗਿਆ। ਵਿਗਿਆਨ ਇਹਨੂੰ ਪ੍ਰਮਾਣਿਕਤਾ ਨਹੀਂ ਦਿੰਦੀ, ਇੱਕ ਦਾ ਵੀ ਸਵਾਲ ਨਹੀਂ। ਬਾਬਾ ਦੀਪ ਸਿੰਘ ਜੀ ਦੇ ਸੰਬੰਧ 'ਚ ਗੱਲ ਆਉਂਦੀ ਹੈ, ਹਿਸਟਰੀ ਪੜ੍ਹਦੇ ਹਾਂ ਜਦੋਂ ਆਪਾਂ, ਬੜੀ ਬੜੀ ਕਮਾਲ ਦੀਆਂ ਗੱਲਾਂ ਨੇ ਸਤਿਸੰਗ ਜੀ, ਹੈ ਵੀ ਜਿੰਨਾ ਚਿਰ ਤੱਕ ਹਕੀਕਤ ਤੱਕ ਅਸੀਂ ਪਹੁੰਚਦੇ ਨਹੀਂ ਨਾ, ਸਾਨੂੰ ਯਕੀਨ ਨਹੀਂ ਬਣਨਾ ਵੀ ਐਵੇਂ ਕੁਝ ਹੁੰਦਾ ਹੈ ਕਿ ਨਹੀਂ। ਔਰ ਹਕੀਕਤਨ ਐਵੇਂ ਹੁੰਦਾ, ਜਿਹੜੇ ਪਹਿਲਾਂ ਜੂਝੇ ਹੁੰਦੇ ਨੇ, ਸੈਂਟ ਡੈਨਿਸ ਨੇ ਐਵੇਂ ਕੀਤਾ, ਉਹਦੇ ਨਾਂ ਦੇ ਨਾਲ ਸੈਂਟ ਹੀ ਲੱਗਦਾ, ਸੰਤ ਲੱਗਦਾ। ਜੇ ਉਹ ਆਮ ਬੰਦਾ ਹੁੰਦਾ ਫਿਰ ਐਵੇਂ ਨਹੀਂ ਸੀ ਕਰ ਸਕਦਾ। ਇਹਦਾ ਮਤਲਬ ਰੱਬੀ ਜਿਹੜੀ ਤਾਕਤਾਂ ਨੇ ਜਦੋਂ ਮਨੁੱਖ ਦੇ ਅੰਦਰ ਉਹ ਟੇਕ ਜਾਂਦੀਆਂ ਨੇ, ਧਰਤੀ 'ਤੇ ਮਨੁੱਖ ਫਿਰ ਉਹ ਕਰਕੇ ਜਾ ਸਕਦਾ ਜਿਹਦੇ ਬਾਰੇ ਧਰਤੀ ਦੇ ਲੋਕ ਕਦੀ ਇਮੈਜਿਨ ਵੀ ਨਹੀਂ ਕਰ ਸਕਦੇ। ਸੇਮ ਥਿਊਰੀ ਉਹ ਜਦੋਂ ਪੜ੍ਹਦੇ ਹੋਈਏ ਨਾ, ਫਿਰ ਜੀ ਕਰਦਾ ਵੀ ਕਿਤੋਂ ਨਾ ਕਿਤੋਂ ਵੇਖੋ ਵੀ ਫਰਕ ਕਿੱਥੇ ਪੈਂਦਾ ਜਾ ਕੇ। ਸੁਣਿਆ ਤਾਂ ਅਸੀਂ ਸਾਰਿਆਂ ਨੇ ਇਹ ਕਹਾਣੀਆਂ। ਬਾਬਾ ਦੀਪ ਸਿੰਘ ਜੀ ਦੀ ਜਦੋਂ ਸਟੋਰੀ ਆਉਂਦੀ ਹੈ, ਉੱਥੇ ਹਿਸਟੋਰੀਅਨ ਹਿਸਟਰੀ ਦੇ ਦੋ ਤੁਹਾਨੂੰ ਪ੍ਰਮਾਣ ਮਿਲਣਗੇ। ਡੈਨਿਸ ਦੇ ਸੰਬੰਧ 'ਚ ਦੂਜਾ ਕੋਈ ਵਿਚਾਰ ਨਹੀਂ, ਜਿੰਨੀ ਮਰਜ਼ੀ ਤੁਸੀਂ ਵਿਕੀਪੀਡੀਆ ਫੋਲੋ ਨੈੱਟ 'ਤੇ ਜਾ ਕੇ ਵੀ, ਪਰ ਉਹਦੇ 'ਚ ਮਿਲੂਗਾ ਬਾਬਾ ਦੀਪ ਸਿੰਘ ਜੀ ਦੇ। ਉਹ ਕਹਿਣਗੇ ਵੀ ਇਹਨਾਂ ਦੇ ਸੰਬੰਧ 'ਚ ਦੋ ਵਿਚਾਰਧਾਰਾਵਾਂ ਨੇ, ਇੱਕ ਵੀ ਬਾਬਾ ਜੀ ਦਾ ਮੈਦਾਨ ਜੰਗ ਦੇ ਵਿੱਚ ਉਹਨਾਂ ਦੇ ਲੜਾਈ ਦੇ ਦੌਰਾਨ ਉਹਨਾਂ ਦੀ ਧੌਣ ਦੇ ਉੱਤੇ ਕਿਰਪਾਨ ਫਿਰੀ, ਅੱਧਾ ਸੀਸ ਉਹਨਾਂ ਦਾ ਨਾਲੋਂ ਕੱਟਿਆ ਗਿਆ। ਤੋ ਸਿੱਖ ਨੇ ਕਿਹਾ ਬਾਬਾ ਜੀ ਤੁਸੀਂ ਪ੍ਰੋਮਿਸ ਕੀਤਾ ਸੀ ਵੀ ਹਰਿਮੰਦਰ ਤੱਕ ਪਹੁੰਚਾਂਗੇ, ਪਰ ਹੁਣ ਕੀ। ਤੋ ਬਾਬਾ ਜੀ ਨੇ ਇੱਕ ਹੱਥ ਨਾਲ ਆਪਣਾ ਸੀਸ ਸੰਭਾਲਿਆ, ਦੂਜੇ ਨਾਲ ਲੜਾਈ ਕੀਤੀ। ਦੂਜਾ ਪ੍ਰਮਾਣ ਇਹ ਆ ਵੀ ਬਾਬੇ ਦਾ ਸੀਸ ਅਫਗਾਨੀ ਪਠਾਨ ਦੇ ਵਾਰ ਦੇ ਨਾਲ ਧੜ ਤੋਂ ਅੱਡ ਹੋ ਗਿਆ, ਬਾਬੇ ਨੇ ਧਰਤੀ 'ਤੇ ਡਿੱਗਣ ਨਹੀਂ ਦਿੱਤਾ, ਆਪਣੇ ਹੱਥ ਦੇ ਉੱਤੇ ਰੱਖਿਆ 18 ਸੇਰ ਦੇ ਖੰਡੇ ਦੇ ਨਾਲ। 5-6 ਕਿਲੋਮੀਟਰ ਤੱਕ ਉਹ ਲੜਦਾ ਗਿਆ, ਅੰਤ ਜਾ ਕੇ ਬਾਬੇ ਨੇ ਬਾਬੇ ਦੇ ਹਰਿਮੰਦਰ ਦੇ ਵਿੱਚ ਜਾ ਕੇ ਪਰਿਕਰਮਾ 'ਚ ਆਪਣਾ ਸੀਸ ਭੇਟ ਕੀਤਾ ਗੁਰੂ ਨੂੰ, ਕਿਉਂਕਿ ਉਹਨੇ ਪਹਿਲਾਂ ਕਮਿਟਮੈਂਟ ਕੀਤੀ ਸੀ ਦਮਦਮਾ ਸਾਹਿਬ ਤੋਂ ਚੱਲਦਿਆਂ। ਸਿੱਖਾਂ ਦੇ ਵਿੱਚ ਅਰਦਾਸ ਸੀ, ਸੱਚੇ ਪਾਤਸ਼ਾਹ ਜਿਸ ਮਿਸ਼ਨ 'ਤੇ ਤੂੰ ਤੋਰਨ ਲੱਗਾ ਨਾਲ ਨਹੀਂ ਵੀ ਦਿਲੀ ਤਮੰਨਾ, ਆਹ ਜਿਹੜਾ ਤਾੜਾ ਆਹ ਜਿਹੜਾ ਸੀਸ ਆ ਇਹ ਤੇਰੇ ਚਰਨਾਂ 'ਤੇ ਜਾ ਕੇ ਭੇਟ ਹੋਵੇ ਰਸਤੇ 'ਚ ਨਾ ਕਿਤੇ। ਹੁਣ ਜਦੋਂ ਅਸੀਂ ਇਹਨੂੰ ਫਿਰ ਵਿਚਾਰੀਏ ਤਾਂ ਸਾਡੇ ਬਹੁਤ ਸਾਰੇ ਪ੍ਰਚਾਰਕਾਂ ਨੇ, ਸਿਆਣਿਆਂ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਹੁਣ ਤੱਕ ਵੀ ਐਵੇਂ ਕਿਵੇਂ ਹੋ ਸਕਦੀਆਂ ਹੁੰਦੀਆਂ ਨੇ ਗੱਲਾਂ। ਜਦੋਂ ਸਿਰਫ ਅਕਲ ਦੇ ਪੱਧਰ 'ਤੇ ਸਪਿਰਿਚੁਅਲਿਟੀ ਨੂੰ ਵੇਖਣ ਦਾ ਯਤਨ ਕੀਤਾ ਜਾਂਦਾ, ਅਧਿਆਤਮਿਕ ਜਿਹੜੀਆਂ ਥਿਊਰੀਜ਼ ਨੇ ਉਹਦੀ ਲਿਮਿਟ ਹੁੰਦੀ ਹੈ ਸਤਸੰਗ ਜੀ, ਹਮੇਸ਼ਾ ਹੁੰਦੀ ਹੈ। ਜਦੋਂ ਐਕਸਪੀਰੀਅੰਸ ਦੇ ਪੱਧਰ 'ਤੇ ਵੇਖਾਂਗੇ ਅਧਿਆਤਮ ਦੀ ਕੋਈ ਲਿਮਿਟ ਨਹੀਂ, ਜਿਵੇਂ ਰੱਬ ਦੀ ਕੋਈ ਲਿਮਿਟ ਨਹੀਂ, ਬੇਅੰਤ ਕੁਝ ਵੀ ਹੋ ਸਕਦਾ ਔਰ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਸਤਿਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹਦਾ ਮਤਲਬ ਉਹਦੀ ਪ੍ਰੇਜੈਂਸ ਨਾਲ ਆ। ਜੇ ਕਮਿਟਮੈਂਟ ਹੋਊਗੀ, ਜੇ ਅਰਦਾਸ ਹੋਊਗੀ, ਜੇ ਉਹਦੇ ਚਰਨਾਂ ਦੇ ਵਿੱਚ ਸਿਰ ਝੁੱਕ ਜੂਗਾ, ਬਾਬਾ ਅੰਤ ਤੱਕ ਨਾਲ ਨਿਭੇਗਾ। ਇਹ ਹੋ ਨਹੀਂ ਸਕਦਾ ਵੀ ਉਹ ਨਾ ਨਿਭੇ, ਔਰ ਉਹ ਸਿੱਖ ਦੀ ਰੱਖੂਗਾ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਧੁਆ, ਰੱਖਦਾ ਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ ਹਰਨਾਕਸ਼ ਮਾਰ ਪਹੁੰਚਾਇਆ। ਬਾਬਾ ਜੀ ਦੀ ਇੱਕ ਤਸਵੀਰ ਦੇਖੀ ਹੋਣੀ ਹੈ ਤੁਸੀਂ ਬਾਬਾ ਦੀਪ ਸਿੰਘ ਜੀ ਦੀ, ਸ਼ੁੱਕਰਵਾਰ ਨੂੰ ਇੱਥੇ ਸਲਾਈਡ ਵੀ ਚਲਾਈ ਸੀ, ਕੁਝ ਜੀ ਇੱਥੇ ਹੋਣਗੇ ਉਹਨਾਂ ਨੇ ਦੇਖੀ ਵੀ ਹੋਏਗੀ। ਤਰਨ ਤਾਰਨ
ਤੋਂ ਜਦੋਂ ਆਪਾਂ ਅੰਮ੍ਰਿਤਸਰ ਨੂੰ ਆਈਏ ਰਸਤੇ ਦੇ ਵਿੱਚ ਇੱਕ ਲਕੀਰ ਸਾਹਿਬ ਗੁਰਦੁਆਰਾ ਜੇ ਇੱਕ ਬਾਬਾ ਨੋਦ ਸਿੰਘ ਦੀ ਜਿੱਥੇ ਸਮਾਧ ਦਾ ਗੁਰਦੁਆਰਾ ਹੁਣ ਜਿੱਥੇ ਉਸ ਤੋਂ ਅੱਗੇ ਪਿੰਡ ਦੇ ਕੋਲ ਹੈ ਜੇ ਕਦੀ ਉੱਧਰ ਜਾਣ ਨੂੰ ਮੌਕਾ ਮਿਲੇ ਜਾਂ ਜਿਹੜੇ ਉੱਧਰ ਵਾਲੇ ਨੇ ਉਹਨਾਂ ਨੂੰ ਪਤਾ ਇਸ ਗੱਲ ਦਾ ਦਮਦਮਾ ਸਾਹਿਬ ਤੋਂ ਜਦੋਂ ਬਾਬਾ ਜੀ ਤੁਰੇ ਸਨ ਉਦੋਂ ਸਿੰਘਾਂ ਦੇ ਨਾਲ ਪਹਿਲਾਂ ਉਹਨਾਂ ਨੇ ਗੱਲ ਕੀਤੀ ਵੀ ਹਰਿਮੰਦਰ ਸਾਹਿਬ ਜਾਣਾ ਗੱਲ ਆ ਬਣ ਗਈ ਅਤੇ ਮੇਰੇ ਨਾਲ ਤੁਰੇ ਉਹ ਜਿਹਨੇ ਮਰਨਾ ਦੂਜਾ ਨਾ ਤੁਰਿਓ 500 ਜਵਾਨ ਸਨ ਜਿਹਦੇ ਵਿੱਚ ਜਵਾਨ ਉਹ ਬਜ਼ੁਰਗ ਵੀ ਸਨ ਸਾਰੇ ਵਿੱਚ ਬਜ਼ੁਰਗ ਵੀ ਨੇ ਵੱਡੀ ਉਮਰ ਦੇ ਵੀ ਨੇ ਜੇ ਬਾਬਾ ਦੀਪ ਸਿੰਘ ਜੀ ਦੀ 75-80 ਦੇ ਨੇੜੇ ਉਮਰ ਆ ਨਾ ਤਾਂ ਉਹਨਾਂ ਦੇ ਨਾਲ ਦੇ ਵੀ ਕਈ ਐਵੇਂ ਦੇ ਸੀਗੇ ਸਾਰੇ ਬਾਬੇ ਦੇ ਨਾਲ ਤੁਰ ਪਏ ਵੀ ਅਸੀਂ ਚੱਲ ਪਏ ਰਸਤੇ ਵਿੱਚ ਆਉਂਦਿਆਂ ਦਮਦਮਾ ਸਾਹਿਬ ਤੋਂ ਇੱਧਰ ਨੂੰ ਫਿਰ ਪਿੰਡਾਂ ਦੇ ਵਿੱਚੋਂ ਲੋਕ ਹੋਰ ਵੀ ਬਹੁਤ ਰਲ ਗਏ ਜਿਹੜੇ ਗੁਰੂ ਪ੍ਰੇਮ ਵਾਲੇ ਜੀ ਸਨ ਸਿੱਖਾਂ ਦੀ ਹੁਣ ਤੱਕ ਦੀਆਂ ਜਿੰਨੀਆਂ ਲੜਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਐਵੇਂ ਬਹੁਤ ਵਾਰੀ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਵੀ ਐਵੇਂ ਹੋਇਆ ਜਿੱਧਰ ਜਿੱਧਰ ਨੂੰ ਉਹ ਲੰਘਦੇ ਗਏ ਉੱਧਰੋਂ ਉੱਧਰੋਂ ਜਿਹੜੇ ਫਿਰ ਗੁਰੂ ਪ੍ਰੇਮ ਵਾਲੇ ਸਿੱਖ ਸਨ ਉਹ ਨਾਲ ਸ਼ਾਮਿਲ ਹੁੰਦੇ ਗਏ ਜੋ ਜੋ ਉਹਨਾਂ ਦੇ ਕੋਲ ਪਹੁੰਚ ਸੀ ਉਹਦੇ ਅਕੋਰਡਿੰਗ ਤੋ ਬਾਬਾ ਦੀਪ ਸਿੰਘ ਜੀ ਦੇ ਨਾਲ ਵੀ ਹੋਏ ਉੱਥੇ ਆ ਕੇ ਫਿਰ ਉਹਨਾਂ ਖੰਡੇ ਦੇ ਨਾਲ ਲਕੀਰ ਖਿੱਚ ਦਿੱਤੀ ਜਿਨ੍ਹਾਂ ਦੀ 500 ਦੀ ਕਮਿਟਮੈਂਟ ਪਹਿਲਾਂ ਸੀ ਉੱਥੋਂ ਤੁਰਦਿਆਂ ਉਹ ਤਾਂ ਹੈ ਹੀ ਹੈ ਵੀ ਜਿਹੜੇ ਹੁਣ ਨਾਲ ਰਲ ਗਏ ਨੇ ਕਿਤੇ ਇਹਨਾਂ ਦਾ ਦੁਚਿੱਤੀ 'ਚ ਨਾ ਹੋ ਜਾਣੇ ਵੀ ਫਿਰ ਕਿਹਾ ਆਹ ਲਕੀਰ ਉਹੀ ਪਾਰ ਕਰਿਓ ਜਿਹਨੇ ਸਿਰ ਦੇਣਾ ਬਾਕੀ ਇਹ ਦੋ ਪਿਛਾਂ ਚਲੇ ਜਾਓ ਲੋੜ ਨਹੀਂ ਕਿਉਂਕਿ ਕਨਫਰਮ ਆ 10,000 ਦੀ ਫੌਜ ਦਾ ਮੁਕਾਬਲਾ ਕਰਨਾ ਅਗਲੇ ਕਾਬਜ਼ ਹੋ ਕੇ ਬੈਠੇ ਉੱਥੇ ਹਰਿਮੰਦਰ ਸਾਹਿਬ ਦੀ ਬਿਲਡਿੰਗ ਢਾਈ ਉਹਨਾਂ ਅਹਿਮਦ ਸ਼ਾਹ ਦੁਰਾਨੀ ਨੇ ਉਹਦੇ ਅਹਿਲਕਾਰਾਂ ਨੇ ਸਰੋਵਰ ਪੂਰ ਦਿੱਤਾ ਰੱਜ ਕੇ ਬੇਅਦਬੀ ਕੀਤੀ ਜਿੰਨੀ ਕਰ ਸਕਦਾ ਕੋਈ ਔਰ ਕਾਰਨ ਕੀ ਹੈ ਸਿਰਫ ਇੰਨਾ ਜਦੋਂ ਦਿੱਲੀ ਲੁੱਟੀ ਉਹਨਾਂ ਉਦੋਂ ਸਿੱਖਾਂ ਨੇ ਰਸਤੇ ਦੇ ਵਿੱਚ ਘੇਰ ਕੇ ਬਾਬਾ ਦੀਪ ਸਿੰਘ ਜੀ ਦੇ ਜੱਥੇ ਨੇ ਉਹਨਾਂ ਤੋਂ ਕਈ ਮਾਲ ਅਤੇ ਅਸਬਾਬ ਜਿਹੜਾ ਉਹ ਛੁਡਾਇਆ ਲਾਹੌਰ ਪਹੁੰਚੇ ਪਠਾਨ ਉਹਨਾਂ ਦੇ ਸਾਰੀ ਫੌਜ ਦੁਰਾਨੀ ਨੂੰ ਖਬਰ ਮਿਲੀ ਵੀ ਰਸਤੇ ਵਿੱਚ ਸਾਡੇ 'ਤੇ ਕਿਸੇ ਨੇ ਹਮਲਾ ਕੀਤਾ ਔਰ ਸਾਡਾ ਬਹੁਤ ਕੁਝ ਲੁੱਟਿਆ ਹੈ ਕੌਣ ਨੇ ਉਹ ਸਿੱਖ ਨੇ ਕਿੱਥੇ ਜਮੁਨਾ ਤੋਂ ਇੱਧਰ ਪੰਜਾਬ ਦੇ ਵਿੱਚ ਉਹ ਕਹਿੰਦਾ ਉਹਨਾਂ ਦਾ ਖੁਰਾ ਖੋਜ ਮਿਟਾ ਦਿਓ ਬਚਣਾ ਨਹੀਂ ਚਾਹੀਦਾ ਕੋਈ ਜਦੋਂ ਅਸੀਂ ਕਿਸੇ ਦੀ ਖਿਲਾਫਤ ਕਰਦੇ ਹਾਂ ਪਲਾਨਿੰਗ ਕਰਦੇ ਹਾਂ ਕੁਝ ਤਾਂ ਸਿਆਸਤ ਦਾ ਅਸੂਲ ਆ ਚੋਟੀ ਦੀ ਚੀਜ਼ ਨੂੰ ਹੱਥ ਪਾਓ ਜੇ ਉਹਨੂੰ ਨੇਸ ਤੋਂ ਨਾਬੂਦ ਕਰਨਾ ਜੇ ਇੱਕ ਸਿਸਟਮ ਨੂੰ ਦਰੜਨਾ ਹੁੰਦਾ ਜੇ ਇੱਕ ਤਖਤੇ ਨੂੰ ਪਲਟਣਾ ਹੁੰਦਾ ਤਾਂ ਉਹਦਾ ਅਸੂਲ ਆ ਵੀ ਤੁਸੀਂ ਚੋਟੀ ਦੀ ਪਲਾਨਿੰਗ ਕਰੋ ਉਸ ਮਰਕਜ਼ ਨੂੰ ਹੱਥ ਪਾਓ ਜਾ ਕੇ ਜਿੱਥੋਂ ਉਹਨਾਂ ਦੀਆਂ ਰੂਹਾਂ ਐਨਰਜੀ ਲੈਂਦੀ ਤਾਂ ਸਿੱਖਾਂ ਦੀ ਰੂਹ ਐਨਰਜੀ ਲੈਂਦੀ ਕਿੱਥੋਂ ਹਰਿਮੰਦਰ ਤੋਂ ਲੈਂਦੀ ਆਪਣੇ ਗੁਰੂ ਤੋਂ ਲੈਂਦੀ ਅਤੇ ਉਹਨਾਂ ਨੂੰ ਪਤਾ ਸੀ ਵੀ ਜੇ ਇੱਥੇ ਜਾ ਕੇ ਬਹਿ ਜਾਂਗੇ ਫਿਰ ਸਿੱਖ ਜਿੱਥੇ ਮਰਜ਼ੀ ਹੋਣਗੇ ਉਹ ਨਿਕਲ ਕੇ ਜ਼ਰੂਰ ਆਉਣਗੇ ਅਸੀਂ ਸਿਰਫ ਸਟੋਰੀਆਂ ਵਾਂਗੂ ਸੁਣਿਆ ਇਤਿਹਾਸ ਪੂਰੀ ਚੇਤਨ ਆਤਮਾ ਦੇ ਨਾਲ ਜੇ ਅਸੀਂ ਦਿਮਾਗ ਵੀ ਖਰਚ ਕੇ ਥੋੜ੍ਹਾ ਜਿਹਾ ਉਹਨੂੰ ਵੇਖਣ ਦੀ ਕੋਸ਼ਿਸ਼ ਕਰੀਏ ਨਾ ਉਹਦੇ ਵਿੱਚ ਸਿਰਫ ਇੰਟਰਸਟ ਸੁਣਦਾ ਨਹੀਂ ਹੈਗਾ ਵੀ ਉਹ ਸਟੋਰੀ ਆ ਉਹਦੇ ਵਿੱਚ ਸਿਆਸਤ ਦੀਆਂ ਬੜੀਆਂ ਗੁੱਝੀਆਂ ਰਮਜਾਂ ਵੀ ਨੇ ਉੱਥੇ ਅਧਿਆਤਮ ਦੀ ਬਹੁਤ ਬਰੀਕੀ ਵੀ ਹੈ ਉੱਥੇ ਗੁਰੂ ਦੇ ਪ੍ਰਤੀ ਡੈਡੀਕੇਸ਼ਨ ਵੀ ਹੈ ਉੱਥੇ ਸ਼ਹਾਦਤ ਦੇ ਸ਼੍ਰੋਮਣੀ ਦਸਤਕ ਵੀ ਨੇ ਵੇਖਣ ਨੂੰ ਮਿਲਣਗੇ ਤੋ ਲਕੀਰ ਖਿੱਚੀ ਇਤਿਹਾਸ ਦੱਸਦਾ ਵੀ ਇੱਕ ਵੀ ਜੀ ਪਿੱਛੇ ਨਹੀਂ ਬਚਿਆ ਸਾਰੇ ਨਿਕਲ ਆਏ ਮੈਦਾਨੇ ਜੰਗ ਦਾ ਇੱਕੋ ਹੀ ਅਸੂਲ ਹੁੰਦਾ ਮਹਾਰਾਜ ਬਾਣੀ 'ਚ ਕਹਿੰਦੇ ਨੇ ਰਣ ਦੇਖ ਸੂਰੇ ਚਿੱਤ ਉਲਾਸ ਰਣ ਨੂੰ ਵੇਖ ਕੇ ਸੂਰਮੇ ਦੇ ਮਨ ਦੇ ਵਿੱਚ ਚਾਅ ਪੈਦਾ ਹੋ ਜਾਂਦਾ ਮਨੁੱਖ ਦੇ ਅੰਦਰ ਚਾਹ ਉਦੋਂ ਪੈਦਾ ਹੁੰਦਾ ਜਦੋਂ ਉਹ ਆਪਣੀ ਮੰਜ਼ਿਲ ਨੂੰ ਸਾਹਮਣੇ ਵੇਂਦਾ ਸੂਰਮੇ ਵਾਸਤੇ ਮੈਦਾਨੇ ਜੰਗ ਉਹਦੀ ਮੰਜ਼ਿਲ ਨੂੰ ਸਰ ਕਰਨਾ ਭਾਵੇਂ ਉਹਨੂੰ ਉਹ ਫਤਿਹ ਕਰਕੇ ਲੰਘੇ ਕਿਉਂਕਿ ਉਹਨਾਂ ਦਾ ਮੋਟਿਵ ਉਹਨਾਂ ਦਾ ਉਦੇਸ਼ ਉਹਨਾਂ ਦਾ ਏਮ ਜਿਹੜਾ ਉੱਚਾ ਸੁੱਚਾ ਗੁਰੂ ਵਾਲਾ ਇਸ ਕਰਕੇ ਜੇ ਉਹ ਫਤਿਹ ਵੀ ਕਰਨਗੇ ਤਾਂ ਵੀ ਜਿੱਤਣਗੇ ਜੇ ਉਹਦੇ ਵਿੱਚ ਜੂਝ ਕੇ ਮਰ ਜਾਣਗੇ
ਤਾਂ ਵੀ ਜਿੱਤਣਗੇ। ਜਿਵੇਂ ਉਮਰ ਮੁਖਤਾਰ ਕਹਿੰਦਾ ਵੀ ਅਸੀਂ ਸਰੈਂਡਰ ਨਹੀਂ ਕਰਦੇ, ਜਾਂ ਕਹਿੰਦਾ ਅਸੀਂ ਜਿੱਤਦੇ ਹਾਂ ਜਾਂ ਅਸੀਂ ਮਰਦੇ ਹਾਂ, ਸਾਡੇ ਕੋਲ ਥਰਡ ਆਪਸ਼ਨ ਨਹੀਂ ਹੈਗੀ। ਸਿੱਖ ਕੋਲ ਵੀ ਥਰਡ ਆਪਸ਼ਨ ਨਹੀਂ ਸਾਧ ਸੰਗਤ ਜੀ, ਸਾਡੇ ਦਾਅਵੇਦਾਰੀਆਂ ਝੂਠੀਆਂ ਨੇ ਔਰ ਫਰਜ਼ੀ ਨੇ। ਇਹ ਵੇਖਣਾ ਪੈਂਦਾ ਇਤਿਹਾਸ ਦੇ ਨਾਲ, ਗੁਰੂ ਦੇ ਨਾਲ, ਬਾਣੀ ਦੇ ਨਾਲ, ਫਿਰ ਤੁਰਾਂਗੇ, ਫਿਰ ਕੁਝ ਸਮਝ ਆਊਗਾ। ਤੋ ਮਹਾਰਾਜ ਕਹਿੰਦੇ ਨੇ ਬਾਣੀ ਦੇ ਵਿੱਚ, ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ। ਗੁਰਬਾਣੀ 'ਚ ਇੱਕ ਵੀ ਸੂਰਮੇ ਦੀ ਡੈਫੀਨੇਸ਼ਨ ਨਹੀਂ ਜਿਹਦੇ ਵਿੱਚ ਸੂਰਮੇ ਦੀ ਬਣਤਰ, ਉਹਦੀ ਬਨਾਵਟ ਸ਼ਬਦ ਤੋਂ ਸੱਖਣੀ ਹੋਵੇ, ਸਿਰਫ ਕਿਰਪਾਨ ਵਾਲੀ ਹੋਵੇ, ਸਿਰਫ ਲੜਾਈ ਵਾਲੀ ਹੋਵੇ, ਇਹ ਹੈ ਹੀ ਨਹੀਂ। ਤੋ ਜੂਝਣ ਵਾਸਤੇ ਪਹਿਲਾਂ ਆਪਣੇ ਆਪ ਦੇ ਨਾਲ, ਜਿਨ ਜਾਣਿਆ ਸੇ ਤਰੇ ਸੇ ਸੂਰੇ ਸੇ ਵੀਰ, ਜਿਨ੍ਹਾਂ ਨੇ ਪਹਿਲਾਂ ਉਹਨੂੰ ਜਾਣ ਲਿਆ। ਨਾਨਕ ਤਿੰਨ ਬਲਿਹਾਰਨੇ ਹਰ ਜਪ ਉਤਰੇ ਤੀਰ। ਮਨਸੂਰ ਜੁਨੈਦ ਦੇ ਕੋਲ ਜਾਂਦੇ ਨੇ, ਦੋਵੇਂ ਕਾਮਲ ਪੁਰਖ ਨੇ, ਸਲਿਊਟ ਹੈ ਉਹਨਾਂ ਨੂੰ, ਸਿਰ ਝੁਕਦਾ ਉਹ ਜੇ ਰੱਬੀ ਪ੍ਰੇਮ ਵਾਲੇ ਜੀਆਂ ਦੇ। ਜੁਨੈਦ ਆਪਣੇ ਸਮੇਂ ਦੇ ਸਭ ਤੋਂ ਤਕੜੇ ਸੂਫੀ ਨੇ, ਦੀਖੀਅਤ ਕਰਦੇ ਨੇ ਬੱਚਿਆਂ ਨੂੰ ਉਹਦੀ ਬੰਦਗੀ ਵਾਸਤੇ, ਸੱਚ ਅਤੇ ਹੱਕ ਦੇ ਵਾਸਤੇ ਲੜਨ ਵਾਸਤੇ। ਔਰ ਦੀਖਿਆ ਦਾ ਪਹਿਲਾ ਮੂਲ ਮੰਤਰ ਕੀ ਹੈ? ਜੇ ਆਪਣੇ ਆਪ ਨੂੰ ਜਿੱਤ ਜਾਓਗੇ ਤੁਸੀਂ ਨਬੀ ਦੇ ਬੋਲਾਂ 'ਤੇ ਖਰੇ ਉਤਰੋਗੇ, ਜੇ ਤੁਸੀਂ ਆਪਣੇ ਆਪ ਨੂੰ ਨਾ ਜਿੱਤਿਆ ਤੁਸੀਂ ਨਬੀ ਦੇ ਬੋਲਾਂ 'ਤੇ ਖਰੇ ਨਹੀਂ ਉਤਰ ਸਕਦੇ। ਮਨਸੂਰ ਪਹਿਲੀ ਦਫਾ ਜੁਨੈਦ ਦੀ ਸੰਗਤ 'ਚ ਗਏ, ਉਹਨਾਂ ਦੇ ਪਹਿਲਾਂ ਵੀ ਉੱਥੇ ਸਕੂਲ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਜਿੱਥੇ ਉਹ ਬੱਚਿਆਂ ਨੂੰ ਦੀਖਿਤ ਕਰਦੇ ਨੇ ਉੱਥੇ ਪਹਿਲਾਂ ਵੀ ਹੈਗੇ ਨੇ ਬੱਚੇ, ਨੌਜਵਾਨ। 22 ਸਾਲ ਦੀ ਉਮਰ ਆ ਮਨਸੂਰ ਦੀ। ਵੇਖਦਿਆਂ ਜੁਨੈਦ ਨੇ ਕਿਹਾ ਇਹ ਆਪਣੇ ਖੂਨ ਦੇ ਨਾਲ ਫਾਂਸੀ ਦੇ ਰੱਸੇ ਨੂੰ ਪਵਿੱਤਰ ਕਰੇਗਾ। ਕਹਿੰਦੇ ਇਹਦਾ ਮਤਲਬ ਕਨਫਰਮ ਆ, ਉਹ ਆਪਣੀ ਮੰਜ਼ਿਲ ਵੱਲ ਨੂੰ ਵਧਣ ਦਿਆ। ਉਹਦਾ ਅੰਤ ਸੂਲੀ 'ਤੇ ਹੋਏਗਾ, ਪਰ ਉਸ ਤੋਂ ਪਹਿਲਾਂ ਉਹ ਨਬੀ ਦੇ ਬੋਲਾਂ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕਰੂਗਾ, ਉਹਦੇ ਵਿੱਚ ਮਰਜ ਕਰੂਗਾ, ਤਾਂ ਉਹ ਜਦੋਂ ਸੂਲੀ ਦੇ ਉੱਤੇ ਚੜੂਗਾ ਉਹ ਰੱਸਾ ਵੀ ਪਵਿੱਤਰ ਹੋਏਗਾ। ਇਹਦਾ ਮਤਲਬ ਸ਼ਹਾਦਤ ਪ੍ਰਵਾਨ ਚੜੇਗੀ। ਬਾਬਾ ਦੀਪ ਸਿੰਘ ਜੀ ਜਦੋਂ ਦੀਖਿਅਤ ਹੁੰਦੇ ਨੇ ਜਾ ਕੇ ਗੁਰੂ ਤੋਂ, ਉਦੋਂ ਮਨ ਦੇ ਵਿੱਚ ਇਹੀ ਭਾਵਨਾ ਹੈ ਵੀ ਗੁਰੂ ਨੂੰ ਸੀਸ ਨਵਾਉਣਾ ਸਿਰਫ ਫਰਜ਼ੀ ਨਹੀਂ, ਇਹ ਸੀਸ ਕਿਸੇ ਦਿਨ ਇਹਦੇ 'ਤੇ ਇਹਦੇ ਵਾਸਤੇ ਹੀ ਕੁਰਬਾਨ ਵੀ ਹੋਊਗਾ। ਇਹ ਜਜ਼ਬਾ ਲੈ ਕੇ ਜਦੋਂ ਕੋਈ ਜਾਊਗਾ ਉਦੋਂ ਉਹਨੂੰ ਪ੍ਰਾਪਤੀ ਹੋਊਗੀ। ਸਤਿਸੰਗ ਜੀ ਇਹ ਅਸੂਲ ਆ। ਅਸੀਂ ਅੱਜ ਤੱਕ ਇਹੋ ਜਿਹਾ ਐਕਸਪੀਰੀਅੰਸ ਨਹੀਂ ਕੀਤਾ ਹੋਣਾ, ਪਰ ਜਿਨ੍ਹਾਂ ਨੇ ਕੀਤੇ ਨੇ, ਜੇ ਅਸੀਂ ਉਹਨਾਂ ਨੂੰ ਹੀ ਵੇਖੀਏ ਫਿਰ ਇੱਕ ਸਿੱਖਿਆ ਉਹਦੇ 'ਚੋਂ ਜ਼ਰੂਰ ਸਾਹਮਣੇ ਆ ਜਾਂਦੀ। ਉਸ ਰਾਹ 'ਤੇ ਤੁਰਨ ਦਾ ਮਤਲਬ ਹੀ ਹੈ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਹੋ ਸਭਨ ਕੀ ਰੇਨੁਕਾ, ਤੋ ਆਓ ਹਮਾਰੇ ਪਾਸ। ਬਾਬਾ ਕਹਿੰਦਾ ਵੀ ਮੇਰੇ ਕੋਲ ਆਉਣ ਦਾ ਜੇ ਚਾਹ ਹੈ ਮਨ ਦੇ ਵਿੱਚ, ਪਹਿਲਾਂ ਹੀ ਕੁਰਬਾਨ ਹੋ ਕੇ ਆ ਜਾਓ, ਕਿਉਂਕਿ ਇਹ ਮਾਰਗ ਕੁਰਬਾਨੀ ਦਾ। ਇੱਥੇ ਪਹਿਲਾਂ ਆਪਣੇ ਆਪ ਨੂੰ ਜਿੱਤਣਾ, ਫਿਰ ਮਨੁੱਖਤਾ ਵਾਸਤੇ ਆਪਣੇ ਆਪ ਨੂੰ ਵਾਰਨਾ। ਵੀ ਐਵੇਂ ਦੀ ਘਾੜੀ ਨਹੀਂ ਵੀ ਇੱਥੇ ਸਿਰਫ ਚੋਪੜੀਆਂ ਮਿਲਦੀਆਂ ਨੇ, ਆਪਣੇ ਪੰਜਾਬੀ ਜਾਣਦੇ ਹੁੰਦੇ ਨੇ। ਤੋ ਸਾਹਿਬ ਕਹਿੰਦੇ ਨੇ ਜੋ ਜਨ ਲੁਜ ਹੈ ਮਨੈ ਸਿਉਂ ਸੇ ਸੂਰੇ ਪ੍ਰਧਾਨਾ, ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਨਾ, ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੇ ਸਮਾਨਾ। ਸੂਰਮੇ ਦੀ ਵੀ ਉਹੀ ਕੰਡੀਸ਼ਨ ਅਪਲਾਈ ਹੁੰਦੀ ਹੈ, ਚੋਟੀ ਦੇ ਮਨੁੱਖਾਂ ਦੇ ਵੀ ਉਹੀ ਜਿਹਨੂੰ ਅਸੀਂ ਪ੍ਰਧਾਨ ਕਹਿੰਦੇ ਹਾਂ, ਗਿਆਨੀ 'ਤੇ ਵੀ ਉਹੀ ਹੁੰਦੀ ਆ। ਗੁਰਬਾਣੀ 'ਚ ਮਹਾਰਾਜ ਕਹਿੰਦੇ ਨੇ ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਜਿਹੜੇ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਏ, ਜਿਹੜੇ ਸ਼ਬਦ ਦੇ ਵਿੱਚ ਮਰਜ ਹੋ ਗਏ, ਜਿਨ੍ਹਾਂ ਨੂੰ ਸ਼ਬਦ ਦਾ ਐਕਸਪੀਰੀਅੰਸ ਹੋਇਆ, ਪ੍ਰਵਾਨਗੀ ਉਹਨੂੰ ਆ ਕਿਸੇ ਵੀ ਰੂਪ ਦੇ ਵਿੱਚ,
ਕਿਉਂਕਿ ਉਹ ਅੱਗੇ ਜਾ ਕੇ ਉਹਦੇ 'ਤੇ ਨਿਭ ਸਕੇਗਾ, ਔਰ ਜਿਹਦੇ ਅੰਦਰ ਇਹ ਨਹੀਂ ਹੈਗੀ ਕੁਆਲਿਟੀ, ਨਿਭ ਨਹੀਂ ਸਕਦਾ। ਹਰ ਜੀਓ ਕਾ ਮਹਲ ਪਾਇਆ ਸੱਚ ਲਾਏ ਧਿਆਨਾ, ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗ ਤਿਨ ਹੈ ਜਿਤਾਨਾ। ਸੂਰਮਾ ਇਸ ਵੇ ਤੋਂ ਲੰਘੂਗਾ। ਬਾਬਾ ਦੀਪ ਸਿੰਘ ਜੀ ਉੱਥੋਂ ਲੰਘੇ ਨੇ, ਉਦੋਂ ਪ੍ਰੈਜੈਂਟੇਸ਼ਨ ਦਿੱਤੀ ਹੈ ਇੱਥੇ ਬੱਚਿਆਂ ਨੇ, ਨੌਜਵਾਨ ਨੇ, ਇੱਕ ਚੜ੍ਹਦੀ ਜਵਾਨੀ ਦਾ, ਬਾਬਾ ਦੀਪ ਸਿੰਘ ਜੀ ਬਾਰੇ। ਜਦੋਂ ਨੌਜਵਾਨ ਰੱਬੀ ਪ੍ਰੇਮ ਦੇ ਨਾਲ ਜੁੜਨ ਦੀ ਕੋਸ਼ਿਸ਼ ਆ, ਔਰ ਉਹ ਬਾਬਾ ਜੀ ਨੂੰ ਤੱਕੂਗਾ, ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ, ਉਹਦੇ ਰੋਮ ਰੋਮ ਫੜਕੂਗਾ, ਉਹਦੀ ਜ਼ੁਬਾਨ ਕਾਲੀ ਕਰੂਗੀ, ਉਹਦੇ ਅੰਦਰੋਂ ਕੁਝ ਨਾ ਕੁਝ ਬਾਹਰ ਭੱਜਣ ਨੂੰ ਕੋਸ਼ਿਸ਼ ਕਰੂਗਾ। ਉਹਨੂੰ ਲੱਗਦਾ ਵੀ ਹਰ ਚੀਜ਼ ਭਗਤੀ 'ਚੋਂ ਪ੍ਰਗਟ ਹੁੰਦੀ ਹੈ, ਔਰ ਇਹ ਸੱਚ ਆ, ਭਗਤੀ 'ਚੋਂ ਹੀ ਪ੍ਰਗਟ ਹੁੰਦੀ ਹੈ, ਔਰ ਭਗਤੀ ਜਿਵੇਂ ਅਸੀਂ ਮੰਨ ਕੇ ਚੱਲਦੇ ਹਾਂ ਸ਼ਬਦ ਦਾ ਅਭਿਆਸ ਜਾਂ ਵਾਹਿਗੁਰੂ ਮੰਤਰ ਦਾ ਜਾਪ, ਸ਼ਬਦਾਂ ਦਾ ਕਿਸੇ ਵੀ ਰੂਪ ਦੇ ਵਿੱਚ ਰਟਣ ਜਿਹੜਾ, ਇਹ ਵੀ ਵੇ ਨੇ, ਪਰ ਭਗਤੀ ਦਾ ਤੱਤ ਮੂਲ ਪਹਿਲਾਂ ਸਰੈਂਡਰ ਆ। ਭਗਤੀ ਦਾ ਤੱਤ ਜਿਹੜਾ ਉਹ ਪਹਿਲਾਂ ਯਕੀਨ ਆ, ਪੂਰਨ ਯਕੀਨ, ਔਰ ਜਦੋਂ ਯਕੀਨ ਹੋਵੇ ਉਦੋਂ ਮਨੁੱਖ ਆਪਣੀ ਅਕਲ ਨੂੰ ਵਰਤਣੀ ਬੰਦ ਕਰ ਦਿੰਦਾ। ਫਿਰ ਜੋ ਗੁਰੂ ਕਰਦਾ, ਦੀਖਿਅਤ ਕਰਦਾ, ਜਦੋਂ ਜਿਹੜੀ ਗੱਲ ਉਹ ਦੱਸੂਗਾ, ਮਨੁੱਖ ਉਸ ਰਾਹ 'ਤੇ ਤੁਰਨ ਵਾਸਤੇ ਯਤਨ ਜ਼ਰੂਰ ਕਰੂਗਾ। ਪਹੁੰਚਣਾ ਮੰਜ਼ਿਲ 'ਤੇ ਪੂਰਨਤਾ ਹੀ ਹੈ, ਮਨੁੱਖ ਦਾ ਪੂਰਨ ਹੋ ਜਾਣਾ, ਉਸ ਤੋਂ ਪਹਿਲਾਂ ਪ੍ਰੋਸੈਸਿੰਗ ਆ, ਔਰ ਪ੍ਰੋਸੈਸਿੰਗ ਦਾ ਮੂਲ ਕੀ ਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਸ਼ਬਦ ਮਰਹੋ ਫਿਰ ਜੀਵ ਹੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਵੀ ਇੱਥੇ ਇੱਕੋ ਹੀ ਅਸੂਲ ਆ, ਪਹਿਲਾਂ ਸ਼ਬਦ ਨਾਲੋਂ ਨਿਭਣਾ ਪਏਗਾ, ਸਿਰਫ ਬੋਲਾਂ ਰਾਹੀਂ। ਸਾਹਿਬ ਕਹਿੰਦੇ ਨੇ ਸਿਰਫ ਬੋਲਾਂ ਰਾਹੀਂ ਨਹੀਂ, ਉਹ ਤਾਂ ਪਖੰਡ ਹੋ ਜੂਗਾ। ਫਿਰ ਸ਼ਬਦ ਦੇ ਵਿੱਚ ਮਰਨਾ ਹੈ, ਸ਼ਬਦ ਦੇ ਵਿੱਚ ਮਰਨ ਦੀ ਪਹਿਲੀ ਜਿਹੜੀ ਸਟੈਪ ਆ ਉਹ ਸਰੈਂਡਰ ਕਰਨਾ ਹੀ ਹੈ ਸਾਧ ਸੰਗਤ ਜੀ, ਵੀ ਉਹਦੇ ਅੱਗੇ ਝੁਕ ਜਾਣਾ। ਮੈਨੂੰ ਇੱਕ ਦਿਨ ਨੌਜਵਾਨ ਬੀਬੀਆਂ ਨੇ ਸਵਾਲ ਕੀਤਾ ਇੱਥੇ, ਉਹ ਕਹਿੰਦੇ ਨੇ ਵੀ ਜਦੋਂ ਮੱਥਾ ਟੇਕਦੇ ਹਾਂ ਕੁਦਰਤੀ ਧਿਆਨ 'ਚ ਆ ਗਿਆ, ਉਹ ਕਹਿੰਦੇ ਵੀ ਕਈ ਵਾਰੀ ਅਸੀਂ ਐਵੇਂ ਟੇਕਦੇ ਹਾਂ, ਕਈ ਐਵੇਂ ਟੇਕਦੇ ਹਾਂ, ਇਹਦਾ ਮਤਲਬ ਕੀ ਹੈ? ਅਸੀਂ ਬਹੁਤੀ ਵਾਰੀ ਐਵੇਂ ਹੱਥ ਅੱਗੇ ਕਰਕੇ ਅੱਡ ਕੇ ਫਿਰ ਮੱਥਾ ਟੇਕਦੇ ਹਾਂ, ਕਈ ਥੱਲੇ ਨੂੰ ਕਰਕੇ ਟੇਕਣਗੇ, ਇਸ ਤੋਂ ਬਾਅਦ ਸਾਡਾ ਕਈਆਂ ਦਾ ਸੁਭਾਅ ਬਦਲੂਗਾ, ਪਰ ਪਤਾ ਨਹੀਂ ਹੁੰਦਾ, ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਵੀ ਇਹਨਾਂ ਦੇ ਮਤਲਬ ਕੀ ਨੇ। ਪਤਾ ਲੱਗਣ ਤੋਂ ਬਾਅਦ ਵੀ ਉਹ ਡੈਡੀਕੇਸ਼ਨ ਜਿੱਦਣ ਆ ਜੂਗੀ, ਮਨੁੱਖ ਨੂੰ ਉਹਦੇ ਰਮਜ ਸਮਝ ਆਊਗੀ, ਯਕੀਨਨ ਉਸ ਦਿਨ ਉਹ ਦੀਖਿਆ ਮਾਰਗ 'ਤੇ ਚੱਲਦਾ ਹੋਊਗਾ। ਜੇ ਸਿਰਫ ਨਕਲ ਕਰਕੇ ਬਦਲਿਆ ਉਹ ਪਖੰਡ ਹੁੰਦਾ। ਮੈਂ ਹੈ ਜੀ, ਜਦੋਂ ਐਵੇਂ ਹੱਥ ਕਰਕੇ ਮੱਥਾ ਟੇਕੀਦਾ ਉਹਦਾ ਮਤਲਬ ਇਹ ਹੈ ਵੀ ਕੁਝ ਚਾਹੀਦਾ, ਜਦੋਂ ਐਵੇਂ ਕਰਕੇ ਟੇਕੀਦਾ ਉਹਦਾ ਮਤਲਬ ਹੁੰਦਾ ਵੀ ਅਸੀਂ ਤੇਰੇ ਕਦਮਾਂ 'ਚ ਆਪਣਾ ਆਪਾ ਰੱਖ ਦਿੱਤਾ। ਆ ਮੰਗਣ ਦੀ ਕਿਰਿਆ, ਆ ਸਰੈਂਡਰ ਦੀ ਕਿਰਿਆ। ਗੁਰੂ ਦੇ ਕੋਲ ਸਿੱਖ ਮੰਗਣ ਵਾਸਤੇ ਨਹੀਂ ਜਾਂਦਾ, ਗੁਰੂ ਦੇ ਕੋਲ ਸਿੱਖ ਆਪਣਾ ਆਪਾ ਸਮਰਪਿਤ ਕਰਨ ਵਾਸਤੇ ਜਾਂਦਾ। ਇਹ ਥੋੜ੍ਹੇ ਫਿਲੋਸੋਫੀਕਲ ਵਰਡ ਨੇ, ਥੋੜ੍ਹਾ ਜਿਹਾ ਸਥੂਲ ਰੂਪ 'ਚ ਇਹਨੂੰ ਐਵੇਂ ਸਮਝਿਆ ਜਾ ਸਕਦਾ। ਅਸੀਂ ਜਦੋਂ ਵੱਡਿਆਂ ਦੇ ਪੈਰਾਂ 'ਤੇ ਝੁਕਦੇ ਹਾਂ, ਗੋਡਿਆਂ 'ਤੇ ਹੱਥ ਲਾਉਂਦੇ ਹਾਂ, ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਨੇ, ਉਹਨਾਂ ਦੇ ਹੱਥ ਕਿੱਥੇ ਜਾਂਦੇ ਨੇ? ਨਾਲ ਦੀ ਨਾਲ ਸਾਡੇ ਸਿਰ 'ਤੇ। ਇਹ ਬੜੀਆਂ ਵੱਡੀਆਂ ਰਮਜ਼ੀ ਗੱਲਾਂ ਨੇ ਸਤਸੰਗ ਜੀ। ਤੁਸੀਂ ਕਿਸੇ ਦੇ ਵੱਡੇ ਵਡੇਰੇ ਦੇ ਹੱਥ ਲਾਓ, ਇਹ ਸਾਡੀ ਟ੍ਰੈਡੀਸ਼ਨ ਸੀ, ਹੁਣ ਇੱਥੇ ਤਾਂ ਅਸੀਂ ਬਹੁਤ ਸਿਆਣੇ ਹੋ ਗਏ ਨਾ, ਦਿਨੋ ਦਿਨ ਅਸੀਂ ਬਹੁਤ ਸਿਆਣੇ ਹੁੰਦੇ ਜਾ ਰਹੇ। ਪਰ ਜਦੋਂ ਅਸੀਂ ਨਲਾਇਕ ਸੀ, ਨਲਾਇਕੀ ਦੇ ਵਿੱਚ ਬੜੀ ਨੇੜਤਾ ਸੀ, ਜਿੰਨੀ ਸਿਆਣਪ ਹੋ ਗਈ ਬੰਦਾ ਉੱਡਾ ਬੇਵਕੂਫ। ਮਸਕੀਨ ਜੀ ਕਹਿੰਦੇ ਹੁੰਦੇ ਨੇ, ਜਿਸ ਸਮੇਂ ਭਗਤੀ ਦਾ ਦੌਰ ਰਿਹਾ ਮਿਡਲ ਏਜ ਦੇ ਵਿੱਚ, ਮੈਡੀਵਲ ਜਿਹੜਾ ਯੁੱਗ ਆ, ਆਲ ਓਵਰ ਵਰਲਡ ਸਾਧ ਸੰਗਤ ਜੀ, ਨੋਟ ਓਨਲੀ ਇਨ ਇੰਡੀਆ, ਆਲ ਓਵਰ ਵਰਲਡ, ਸੂਫੀਜ਼ਮ ਦੀ ਲੇਅਰ, ਈਸਾਈਅਤ ਦੀਆਂ, ਇਸਲਾਮ ਦੀਆਂ, ਬੁੱਧੀਜ਼ਮ ਦੀਆਂ,
ਜੈਨਿਜ਼ਮ ਦੀਆਂ, ਸਿੱਖਇਜ਼ਮ ਵੀ ਬਾਅਦ ਦੇ ਵਿੱਚ, ਔਰ ਹਿੰਦੂਇਜ਼ਮ ਪੁਰਾਣਾ, ਉਹਦੇ ਵਿੱਚ ਭਗਤੀ ਪ੍ਰਬਲ ਆ, ਜਾਗੀਆਂ ਰੂਹਾਂ ਰੱਬੀ ਪ੍ਰੇਮ ਦੇ ਵਿੱਚ, ਸਾਰੇ ਚਰਖੜੀਆਂ 'ਤੇ ਚੜ੍ਹਨ ਵਾਲੇ, ਸਾਰੇ ਸਿਸਟਮ ਦੇ ਖਿਲਾਫ ਸੋਸ਼ਲ ਮੂਵਮੈਂਟ ਛੇੜਨ ਵਾਲੇ ਮਹਾਂਪੁਰਖ, ਕੋਈ ਵੀ, ਸਭ ਚੇਤਨ ਹਸਤੀਆਂ ਜਾਗੀਆਂ ਹੋਈਆਂ, ਅੰਦਰ ਬਲਦੇ ਨੇ ਜਿਨ੍ਹਾਂ ਦੇ। ਇਸ ਕਰਕੇ ਉਦੋਂ ਦਾ ਹਰ ਜਿਹੜਾ ਐਫਰਟ ਆ, ਭਾਵੇਂ ਉਹ ਬਨਾਰਸ ਦਾ ਹੋਵੇ, ਭਾਵੇਂ ਉਹ ਪੈਰਿਸ ਦੀ ਜਿਹੜੀ ਅਸੀਂ ਗੱਲ ਸੁਣੀ ਆ ਉਸ ਤੋਂ 1700 ਸਾਲ ਪਹਿਲਾਂ ਦੀ, ਭਾਵੇਂ ਇਸਲਾਮ ਦੀ ਸੂਫੀਜ਼ਮ ਲੇਅਰ ਦੇ ਵਿੱਚ ਤੁਸੀਂ ਮਨਸੂਰ ਨੂੰ ਦੇਖੋਗੇ, ਕਿਸੇ ਨੂੰ ਵੀ ਅਸੀਂ ਵੇਖੀਏ, ਉਹ ਸਾਰੇ ਦੇ ਸਾਰੇ ਐਨ ਚੇਤਨ ਰੂਹਾਂ ਜਾਗੀਆਂ ਹੋਈਆਂ, ਰੱਬੀ ਪ੍ਰੇਮ 'ਚ ਰੰਗੜੀ ਰੱਤੜੀਆਂ। ਇਸ ਕਰਕੇ ਉਹ ਸਰ ਕਰਦੇ ਨੇ ਆਪਣੀ ਮੰਜ਼ਿਲ ਨੂੰ, ਔਰ ਇੱਕ ਮੈਸੇਜ ਛੱਡਦੇ ਨੇ ਆਉਣ ਵਾਲੀਆਂ ਨਸਲਾਂ ਵਾਸਤੇ। ਔਰ ਉਹਨਾਂ ਦਾ ਕੀ ਸੀ ਅਕੀਦਾ? ਸਰੈਂਡਰ ਦਾ, ਆਹ ਨਹੀਂ ਹੈਗਾ ਉਹਨਾਂ ਕੋਲ। ਔਰ ਮਹਾਰਾਜ ਕਹਿੰਦੇ ਨੇ ਬਾਣੀ ਦੇ ਵਿੱਚ, ਸ਼ਬਦਾਂ ਦੇ ਬਹੁਤ ਵੱਡੇ ਅਰਥ ਨੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਿਰਫ ਪੰਕਤੀ ਯਾਦ ਕਰਨ ਵਾਸਤੇ ਨਹੀਂ ਹੈਗੀ। ਹੋ ਹੋ ਸਭਨ ਕੀ ਰੇਣੁਕਾ, ਅਸੀਂ ਆਨੇ ਜੀ ਅਸੀਂ ਤੇ ਚਰਨ ਧੂੜਾਂ ਸਾਧ ਸੰਗਤ ਜੀ ਦੀ, ਫਰਜ਼ੀ ਲਫ਼ਜ਼ ਨੇ ਸਾਡੇ, ਸਾਧ ਸੰਗਤ ਦੀ ਚਰਨ ਧੂੜ ਹੋ ਜਾਣਾ, ਗੁਰੂ ਦੇ ਸ਼ਬਦ ਦੇ ਵਿੱਚ ਮਰਜ ਹੋ ਜਾਣਾ। ਸਾਨੂੰ ਲੱਗਦਾ ਵੀ ਅਸੀਂ ਮਰਜ ਹੋ ਗਏ, ਸਾਧ ਸੰਗਤ ਨੂੰ ਫਿਰ ਡਿਫਰੈਂਸ਼ੀਏਟ ਕਰਕੇ ਨਹੀਂ ਦੇਖਿਆ ਜਾ ਸਕਦਾ। ਮੈਨੂੰ ਚਿਹਰੇ ਵੱਖਰੇ ਵੱਖਰੇ ਨਹੀਂ ਨਜ਼ਰ ਆਉਣਗੇ ਜਿੱਦਣ ਉਸ ਐਕਸਪੀਰੀਅੰਸ 'ਚੋਂ ਮੈਂ ਲੰਘ ਜਾਵਾਂਗਾ। ਜਿੰਨਾ ਚਿਰ ਤੱਕ ਮੈਨੂੰ ਚਿਹਰੇ ਵੱਖਰੇ ਵੱਖਰੇ ਨਜ਼ਰ ਆਉਂਦੇ ਨੇ, ਮੈਨੂੰ ਕਾਬਲੀਅਤ ਵੱਖਰੀ ਵੱਖਰੀ ਨਜ਼ਰ ਆਉਂਦੀ ਹੈ, ਮੈਨੂੰ ਆਇਡੈਂਟੀ ਵੱਖਰੀ ਵੱਖਰੀ ਦਿਸਦੀ ਹੈ, ਉਹਨਾਂ ਚਿਰ ਤੱਕ ਮੇਰਾ ਇਹ ਕਹਿਣਾ ਫਰਜ਼ੀ ਆ ਵੀ ਮੈਂ ਸਾਧ ਸੰਗਤ ਦੇ ਚਰਨਾਂ ਦੀ ਧੂੜ ਹਾਂ। ਦਾਸ ਕਹਿਣਾ ਆਪਣੇ ਆਪ ਨੂੰ, ਸੇਵਾਦਾਰ ਕਹਿਣਾ, ਬਹੁਤ ਵੱਡੀਆਂ ਗੱਲਾਂ ਨੇ। ਮਹਾਰਾਜ ਨੇ ਦੱਸੀਆਂ ਇੱਕ ਸ਼ਬਦ ਆ ਗੁਰੂ ਨਾਨਕ ਸਾਹਿਬ ਜੀ ਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਇੱਥੇ ਉਹ ਨਿਭ ਸਕਦੇ ਨੇ ਜਿਨ੍ਹਾਂ ਦੀ ਪਹਿਲਾਂ ਹੀ ਰਜਿਸਟਰੀ ਹੋਈ ਹੈ, ਅੱਜ ਦੀ ਭਾਸ਼ਾ 'ਚ ਜਿਹੜਾ ਆਪਾਂ ਸ਼ਬਦ ਵੀ, ਜਿਹੜੇ ਬੈ ਹੋਏ ਨੇ ਰੱਬ ਦੇ ਦਰ 'ਤੇ, ਮਰਨ ਮੁਨਸਾਂ ਸੂਰਿਆਂ ਹੱਕ ਹੈ। ਜੋ ਹੋਏ ਮਰਨ ਪ੍ਰਵਾਣੋ ਸੂਰੇ ਸੇਈ ਆਗੈ ਆਖੀਐ, ਦਰਗਹਿ ਪਾਵ ਹੈ ਸਾਚੀ ਮਾਣੋ, ਦਰਗਹਿ ਮਾਣ ਪਾਵ ਹੈ ਪਤ ਸਿਉ ਜਾਵ ਹੈ, ਆਗੈ ਦੁਖ ਨਾ ਲਾਗੈ ਕਰ ਏਕ ਧਿਆਵ ਹੈ, ਤਾਂ ਫਲ ਪਾਵ ਹੈ ਜਿਤ ਸੇਵੈ ਭਉ ਭਾਗੈ। ਵੀ ਸੂਰਮਾ ਹੈ ਕੌਣ? ਸੱਚੇ ਪਾਤਸ਼ਾਹ ਕਹਿੰਦੇ ਨੇ ਮਰਨ ਮੁਨਸਾਂ ਸੂਰਿਆਂ ਹੱਕ ਹੈ। ਉਹ ਰੱਬ ਤੋਂ ਰਜਿਸਟਰੀ ਕਰਾ ਕੇ ਆਏ ਨੇ, ਬੈ ਕਰਾ ਕੇ ਆਏ ਨੇ ਵੀ ਬਾਬਾ ਤੇਰੇ ਵਾਸਤੇ ਅਸੀਂ ਨਿਭਣਾ, ਅਸੀਂ ਸ਼ਹੀਦ ਹੋਣਾ, ਅਸੀਂ ਕੁਰਬਾਨ ਹੋਣਾ। ਉਹਦੇ ਦਰ ਤੋਂ ਪਹਿਲਾਂ ਹੀ ਮੋਹਰ ਲੱਗੀ ਹੈ ਉਹਨਾਂ ਦੀ। ਜਿਵੇਂ ਜੁਨੈਦ ਕਹਿੰਦੇ ਨੇ ਮਨਸੂਰ ਨੂੰ ਵੇਂਦਿਆਂ ਹੀ ਵੀ ਇੱਕ ਦਿਨ ਇਹ ਸੂਲੀ 'ਤੇ ਚੜ੍ਹ ਕੇ ਫਾਂਸੀ ਦੇ ਰੱਸੇ ਨੂੰ ਪਵਿੱਤਰ ਕਰੇਗਾ, ਇਹਦਾ ਮਤਲਬ ਰੱਬੀ ਦਰਬਾਰ ਦੇ ਵਿੱਚੋਂ ਉਹਨੂੰ ਉਹ ਪ੍ਰਮਾਣਿਕਤਾ ਮਿਲੀ ਹੋਈ ਹੈ। ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਉਹ ਨਬੀ ਦੇ ਬੋਲਾਂ ਦੇ ਉੱਤੇ ਕੁਰਬਾਨ ਕੀਤਾ ਹੋਇਆ ਹੈ, ਉਹ ਤਾਂ ਪ੍ਰੋਸੈਸਿੰਗ 'ਚ ਨੇ ਲਾਈਫ ਦੀ। ਹੁਣ ਤਾਂ ਉਹਨਾਂ ਨੇ ਪ੍ਰਵਾਨ ਚੜ੍ਹਨਾ, ਪ੍ਰਵਾਨ ਚੜ੍ਹਨਾ ਹੁੰਦਾ ਆਪਣੀ ਮੰਜ਼ਿਲ 'ਤੇ ਪਹੁੰਚਣਾ, ਪਹਿਲਾਂ ਪ੍ਰੋਸੈਸਿੰਗ 'ਚ ਨੇ ਉਸ ਮੰਜ਼ਿਲ ਤੱਕ ਜਾਣ ਦੀ। ਤਾਂ ਸਾਹਿਬ ਜਦੋਂ ਕਹਿੰਦੇ ਨੇ ਮਰਨ ਮੁਨਸਾਂ ਸੂਰਿਆਂ ਹੱਕ ਹੈ, ਬਾਬਾ ਦੀਪ ਸਿੰਘ ਜੀ ਦੇ ਨਾਲ ਜਿੰਨੇ ਨੇ ਰੱਬੀ ਪ੍ਰੇਮ 'ਚ ਰੱਤੜੇ ਨੇ, ਔਰ ਉਹ ਆਪਣੇ ਹੱਕ ਦੇ ਨਾਲ ਜਾਂਦੇ ਨੇ। ਮਨੁੱਖ ਹੱਕ ਵਾਸਤੇ ਕੁਰਬਾਨ ਹੁੰਦਾ ਸਾਧ ਸੰਗਤ ਜੀ, ਔਰ ਹੱਕ ਲੈਣਾ ਪੈਂਦਾ, ਕੋਈ ਕਿਸੇ ਦੀ ਝੋਲੀ 'ਚ ਨਹੀਂ ਪਾਉਂਦਾ। ਇਹ ਅਸੂਲ ਆ, ਕਿਤੇ ਪੜ੍ਹ ਕੇ ਦੇਖਿਓ। ਤਾਂ ਸਾਹਿਬ ਕਹਿੰਦੇ ਨੇ ਉਹਦੇ ਵਾਸਤੇ ਜੂਝਣਗੇ ਕੌਣ? ਜਿਹੜੇ ਪਹਿਲਾਂ ਮਰਨ ਕਬੂਲ ਕਰ ਚੁੱਕੇ ਨੇ, ਇਹਦਾ ਮਤਲਬ ਉਸ ਪ੍ਰੋਸੈਸਿੰਗ ਦੇ ਵਿੱਚੋਂ ਜਿਹੜੇ ਲੰਘਦੇ ਆ ਰਹੇ ਨੇ ਸ਼ਬਦ ਦੀ, ਉਹ ਇੱਕ ਦਿਨ ਉੱਥੋਂ ਤੱਕ ਜ਼ਰੂਰ ਪਹੁੰਚਣਗੇ। ਜੋ ਹੋਏ ਮਰਨ ਪ੍ਰਵਾਨੋ, ਉਹ ਮਰਦਿਆਂ ਹੀ ਪ੍ਰਵਾਨ ਨੇ, ਇਹਦਾ ਮਤਲਬ ਮਰਨ ਤੋਂ ਪਹਿਲਾਂ ਉਹਨਾਂ ਨੂੰ ਪ੍ਰਵਾਨਗੀ ਹਾਸਲ ਹੋ ਚੁੱਕੀ ਹੈ। ਬੰਦਾ ਤਾਂ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ, ਉਹ ਤਾਂ ਬਸ ਐਫਰਟ ਆ ਇੱਕ ਲਾਈਫ ਦਾ ਜਿਹਨੂੰ ਉਹਨੇ ਸਰ ਕਰਕੇ ਲੰਘਣਾ। ਨਾਮ ਕਾ ਜੀਤ ਹੂੰ, ਜੀਤਾ ਨਹੀਂ ਜਾਊਂਗਾ, ਇਹਦਾ ਮਤਲਬ ਕੀ ਹੈ ਇਹਨਾਂ ਚੀਜ਼ਾਂ ਦਾ? ਵੀ ਪਹਿਲਾਂ ਹੀ ਸਰ ਕੀਤਾ ਹੋਇਆ ਸੱਚੇ ਪਾਤਸ਼ਾਹ ਸਭ ਕੁਝ, ਔਰ ਬਾਬਾ ਜਾਣਦਾ ਇਹ ਗੱਲ। ਇਹ ਤਾਂ ਮੇਰੇ ਜੂਝਣ ਦਾ ਸਮਾਂ ਹੈ, ਇਸ ਕਰਕੇ ਚਾਹ ਨਾਲ ਜੂਝੇਗਾ।
सूरे से ही आगे आखी है, दरगह पाव है साची मानो। इत्थे जिमें ही मैदाने जंग च जूझ लिया, भावें सिर कलम हो जाए, भावें निश तीर जेड़े ने सिर अपना पिंडा छलनी कर दे, जिंद निकल जाए दरगाह दे विच नाल दी नाल प्रवानगी। दरगह मान भाव है पत स्यों जाव है, आगे दुख ना लागे। इज्जत नाल ओ धरती तो चले गए, कर एक त्याव है तां फल पाव है, जित सेवे पौ पागै। एक जज्बा पैदा किवें हो गया उन्हां दे अंदर, उन्हां दी रूह इत्थों तक पहुंची किवें। कर एक त्याव है तां फल पाव है, एक नूं त्याया हुण शहादत फल रूप च प्राप्त हुई है। यानी भगती दी प्रोसैसिंग चो निकलन तो बाद शहादत ते प्रवानगी आ, शहादत ते पहुंच जाना है। जित सेवे पाओ पाग है, निरपौ जप है सगल पौ मिट है। इस करके अंदर चा उन्हां दे अंदर चा बनिया रहिंदा है। असी लास्ट जिहड़ी स्टेज आ बाबा दीप सिंह जी अमृतसर जिहड़ा दुद्ध युद्ध हुंदा, जिथे शहीदां दा गुरद्वारा भी बनिया है बाबा दीप सिंह जी दा, बड़ी दुनिया दर्शनां वास्ते जांदी। उत्थे लड़ाई हुई है और उत्थों अगा दरबार साहब दी परिक्रमा तक बाबा दीप सिंह जी इतिहास के अकॉर्डिंग जिहड़ी 3-4 मील दा रस्ता है, वो जिहड़ा पिछों वो जिथे लड़ उदों वड्डा वो मैदान हुंदा सी, पर कहिंदे भी वो वार होण तो बाद जिहड़ी सीस दी जदों उन्होंने अपने हाथ ते चक्किया है, और उत्थे परिक्रमा च जाके अपनी सीस भेट कीता अपने गुरु नूं। उत्थे गुरद्वारा साहब बनिया, जदों असीं परिक्रमा करदे लंघदे हाँ खब्बे हाथ आउंदा, जदों असीं दुख भंजनी बेरी दे कोलों लंघ के उस पासे नूं जाइए, उत्थे फोटो अज भी उत्थे ओही बनी है, सीस तली ते तरन वाली, जिथे भी असीं वेखांगे मिलूगी। गल यकीन ते खड़ी हुंदी है भी मनुख उहदे विच किन्ना यकीन करदा है, अपने गुरु च या अपने सूरमे च अपने हीरुआं दे विच। और यकीन साध संगत जी एवें नहीं बनता भी जे मैं कहूँगा तो तुहाडा यकीन बन जूगा, तुसीं कहोगे तो मेरा यकीन बन जूगा। जिदन साडा शब्द ते यकीन बनूगा साडा उहदे ते भी यकीन बन जूगा, जिदन साडा बाबे ते यकीन नहीं बनता असीं किसी की कहीं मननी भी नहीं। सियाणियां दी थ्योरी है अकल वाले बंदियां दी, वो कहिंदे कोई बोलदा होवे उहदे लफज बहुत चंगे होण, मन नूं मोह लैण, अंदर तक असर कर जाण, पर उन्ना चिर तक वो बोलां ते यकीन नहीं करना जिन्ना चिर तक आप वो जिउण दा चाह नहीं पैदा हो जाता। क्योंकि जे तुसीं यकीन कर लिया फिर भी तुसीं अधूरे रह जाना है, तुसीं उन्हां बोलां ते निभ नहीं सकते। जे सानू किसी ने दूजे पासे कोई प्रमाणिकता लिया के दस दित्ती असीं उत्थे अच्छा जी हाँ जी ये भी हो सकता है, असीं इत्थे धोखा खांदे हाँ। क्योंकि जे सिखी असी किसी रूप दे विच अपने अंदर असी शब्द दे नाल जुड़े होइए, सानू कोई आके जिन्ना मर्जी कही जाओ भी एवें किवें हो सकता। सानू जे आपां हुण मैं कहां इत्थे खड़ा भी बाबा दीप सिंह जी बारे जे मैनू गल करनी है भी वो सीस ते सीस तली ते धर के लड़ सकते ने कि नहीं, मैनू उहदे वास्ते डैनिस संत डैनिस की प्रमाणिकता देने की लोड़ नहीं भी उन्हें एवें कीता सी ते तां बाबा दीप सिंह करके। जे मैनू उहदा नाम ही पता हुंदा, मेरा जे एक सिख बच्चा वहां तो मेरा इन्ना यकीन होना चाहिए भी जे बंद बंद भी कट्टिया जाए मेरा बाबा तां भी मेरी अरदास नूं पूरी करन दी सत्या रखता है, वो मेरे नाल निभूगा। भाई मनी सिंह जी का बंद बंद कट्टिया जांदा ना, इतिहास लिखता है पुरजे पुरजे तो उन्हां दे शरीर दे विच्चों रोम रोम दे विच्चों वाहिगुरु दे बोल बोलदे जांदे ने, उहदी आवाज़ आउंदी है। ਜਦੋਂ ਮਨਸੂਰ ਨੂੰ ਉਹਨਾਂ ਨੇ ਸ਼ਹੀਦ ਕੀਤਾ ਉਹਨਾਂ ਨੇ ਪਹਿਲਾਂ ਉਹਦੀਆਂ ਬਾਹਾਂ ਵੱਡੀਆਂ ਮਨਸੂਰ ਦੀਆਂ, ਉਹਨੇ ਆਪਣੀਆਂ ਬਾਹਾਂ 'ਚੋਂ ਵਗਦੇ ਖੂਨ ਨੂੰ ਆਪਣੇ ਚਿਹਰੇ 'ਤੇ ਮਲਿਆ। ਕਿਸੇ ਨੇ ਪੁੱਛਿਆ ਮਨਸੂਰ ਇਹ ਕੀ ਕਰਦਾ, ਕਿਉਂਕਿ ਭੀੜ ਉਹਨੂੰ ਵੀ ਭੀੜ 'ਚ ਸ਼ਹੀਦ ਕੀਤਾ ਸੀ ਉਹਨਾਂ।
ਜਦੋਂ ਦੁਨੀਆ ਦੇ ਵਿੱਚ ਕੁਝ ਵੀ ਬੜਾ ਵੱਡਾ ਵਾਪਰਦਾ ਹੈ ਨਾ, ਉਹ ਸਾਰੀ ਦੁਨੀਆ ਦੇ ਸਾਹਮਣੇ ਵਾਪਰਦਾ ਹੈ। ਔਰ ਉਹਦਾ ਕਾਰਨ ਹੁੰਦਾ ਹੈ, ਹਕੂਮਤ ਇਹ ਦੱਸਣਾ ਚਾਹੁੰਦੀ ਹੈ ਵੀ ਕਿਸੇ ਦੀ ਵੀ ਬਗਾਵਤ ਬਰਦਾਸ਼ਤ ਨਹੀਂ ਕੀਤੀ ਜਾਏਗੀ, ਭਾਵੇਂ ਉਹ ਰੱਬੀ ਹੱਕ 'ਚ ਕਿਉਂ ਨਾ ਹੋਵੇ। ਇਹ ਕਦੀ ਵੀ ਨਹੀਂ ਕਰ ਸਕਿਆ ਕੋਈ, ਨਾ ਹੁਣ ਕਰ ਸਕੇਗਾ, ਨਾ ਹੀ ਆਉਣ ਵਾਲੀਆਂ ਨਸਲਾਂ 'ਚ, ਜਿਹੜਾ ਉਸ ਕਮਾਈ ਦਾ ਪਾਤਰ ਨਹੀਂ। ਹਕੂਮਤ ਹਮੇਸ਼ਾ ਇਸ ਤਰ੍ਹਾਂ ਕਰਦੀ, ਇਸ ਤਰ੍ਹਾਂ ਹੀ ਕਰੇਗੀ, ਇਸ ਤਰ੍ਹਾਂ ਹੀ ਕਰਦੀ ਰਹੂਗੀ। ਪਰ ਇੱਕ ਦੂਜੇ ਪਾਸੇ ਸਿਦਕ ਆ, ਸਬਰ ਆ, ਹੱਕ ਆ, ਸੱਚ ਆ, ਉਹ ਵੀ ਐਵੇਂ ਹੀ ਨਿਭਦਾ ਰਹੂਗਾ, ਅੰਤ ਤੱਕ ਐਵੇਂ ਹੀ ਪ੍ਰਕਾਸ਼ਮਾਨ ਰਹੂਗਾ। ਉਹਦੇ 'ਚ ਵੀ ਨਹੀਂ ਫਰਕ ਆਉਂਦਾ ਹੁੰਦਾ। ਅਤੇ ਦੋ ਧਾਰਾਵਾਂ ਚੱਲਦੀਆਂ ਹੀ ਨੇ, ਹਮੇਸ਼ਾ ਚੱਲਦੀਆਂ ਰਹਿਣਗੀਆਂ। ਲਫਜ਼ ਸਿਰਫ ਸਾਡੇ ਬਾਬੇ ਦੇ ਨੇ, ਬੋਲ ਕਮਾਈ ਸਿੱਖ ਦੀ ਹੈ, ਔਰ ਕਮਾਈ ਦਾ ਵੇ ਹੈ ਯਕੀਨ, ਸਰੈਂਡਰ। ਮਹਾਰਾਜ ਰਹਿਮਤ ਕਰਨ ਸਾਨੂੰ ਸਾਰਿਆਂ ਨੂੰ ਆਪਣੀ ਹਾਜ਼ਰੀ 'ਚ ਲੈ ਕੇ ਆਉਂਦੇ ਨੇ, ਸ਼ਬਦ ਅਤੇ ਇਤਿਹਾਸ ਦੇ ਨਾਲ ਜੁੜਨ ਦੀ ਦਾਤ ਝੋਲੀ ਪਾਉਂਦੇ ਨੇ। ਅਸੀਂ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਕਥਾਂ ਸੁਣਦੇ ਹਾਂ, ਉਹਨਾਂ ਨੂੰ ਸੁਣ ਕੇ ਸਾਡੇ ਅੰਦਰ ਉਹਦੀ ਵਿਚਾਰ ਪੈਦਾ ਹੋਵੇ, ਸਾਡੇ ਅੰਦਰ ਵੀ ਉਹਨਾਂ ਜਿਨ੍ਹਾਂ ਆਪਣੇ ਗੁਰੂ ਦਾ ਯਕੀਨ ਅਤੇ ਪਿਆਰ ਪੈਦਾ ਹੋਵੇ। ਐਸੀ ਦਾਤ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੀ ਝੋਲੀ ਪਾਣ, ਭੁੱਲ ਚੁੱਕ ਦੀ ਖਿਮਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ, ਭੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।